ਪਸ਼ੂਆਂ ਵਾਂਗੂ ਹੀ ਸਾਨੂੰ ਕਰ ਦਿੰਦੇ ਵੀ ਸਾਨੂੰ ਇਹ ਇੱਧਰ ਲੈ ਆਉਂਦੇ ਉਹਨਾਂ ਨੂੰ ਇੱਧਰ ਦੇ ਜੇ ਅਦਲੀ ਬਦਲੀ ਕਰਨੀ ਤੇ ਕਿਸ ਤਰੀਕੇ ਨਾਲ ਕਰ ਇਹਨੀ ਅਜਾਣ ਲੈ ਤੱਕੇ ਉਸਨੇ ਅਜਾਣ ਦਿੱਤੇ 13 ਕਿੱਲੇ ਜ਼ਮੀਨ ਦੇ ਸਾਨੂੰ ਪਏ 100-150 ਕਿੱਲੇ ਦੇ ਵਿੱਚ ਸਾਡੇ ਪਰਿਵਾਰ ਦੇ 23 ਜੀ ਮਰੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਮੁਰਤਾਵਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇੱਧਰ ਚੜ੍ਹਦੇ ਪੰਜਾਬ ਵਾਲੇ ਪਾਸੇ ਵੀ ਹਾਲਾਤ ਕਾਫੀ ਤਣਾਅਪੂਰਨ ਬਣਦੇ ਜਾ ਰਹੇ ਸਨ। ਅਗਸਤ ਦੇ ਪਹਿਲੇ ਹਫ਼ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ ਸੰਪਰਦਾਇਕ ਦੰਗੇ ਭੜਕ ਗਏ। ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਭਾਰੀ ਦਬਾਅ ਵਿੱਚ ਸਨ। ਬਟਵਾਰੇ ਦਾ ਫੈਸਲਾ ਬਹੁਤ ਵੱਡਾ ਸੀ ਅਤੇ ਕਰਨ ਵਾਲੇ ਕੰਮ ਬਹੁਤ ਜ਼ਿਆਦਾ ਸਨ। ਮਾਊਂਟਬੈਟਨ ਨੇ ਆਪਣੀ ਸਾਰੀ ਅਫਸਰਸ਼ਾਹੀ ਨੂੰ ਚੋਕ ਦਿੱਤਾ ਸੀ। ਵਾਇਸਰਾਏ ਦੇ ਦਫ਼ਤਰ ਵਿੱਚ ਇੱਕ ਕੈਲੰਡਰ ਲਗਾ ਦਿੱਤਾ ਗਿਆ ਸੀ ਜੋ ਪੁੱਠਾ ਚੱਲਦਾ ਸੀ। 4 ਅਗਸਤ 1947 ਦੀ ਇੱਕ ਤਸਵੀਰ ਵਿੱਚ ਨਜ਼ਰੀ ਪੈਂਦਾ ਹੈ ਕਿ ਕੈਲੰਡਰ 'ਤੇ ਲਿਖਿਆ ਹੋਇਆ ਸੀ 11 ਡੇਜ਼ ਲੈਫਟ ਟੂ ਪ੍ਰਪੇਅਰ ਫਾਰ ਟ੍ਰਾਂਸਫਰ ਆਫ ਪਾਵਰ। ਉੱਧਰ ਬਾਉਂਡਰੀ ਕਮਿਸ਼ਨ ਦੇ ਚੇਅਰਮੈਨ ਸਰ ਸਿਰਲ ਰੈਡਕਲਿਫ ਦੇ ਚਿਹਰੇ 'ਤੇ ਤਣਾਅ ਸਾਫ਼ ਝਲਕਦਾ ਸੀ। ਉਹਨਾਂ ਨੂੰ ਹੱਦਬੰਦੀ ਲਈ ਦਿੱਤੀ ਗਈ ਸਮਾਂ ਸੀਮਾ ਬਹੁਤ ਘੱਟ ਸੀ। ਸਰ ਰੈਡਕਲਿਫ ਦੇ ਹੱਥ 4.5 ਲੱਖ ਸਕੇਅਰ ਕਿਲੋਮੀਟਰ ਦੇ ਰਕਬੇ ਵਿੱਚ ਵੱਸਦੇ ਤਕਰੀਬਨ 9 ਕਰੋੜ ਲੋਕਾਂ ਦੀ ਕਿਸਮਤ ਦਾ ਫੈਸਲਾ ਸੀ। ਉਹਨਾਂ ਦੇ ਰਸਤੇ ਵਿੱਚ ਕਈ ਮੁਸ਼ਕਲਾਂ ਸਨ। ਪੰਜਾਬ ਨਾਲ ਸੰਬੰਧਿਤ ਗੁਰਦਾਸਪੁਰ ਦੀਆਂ 4 ਤਹਿਸੀਲਾਂ ਸ਼ੱਕਰਗੜ੍ਹ, ਬਟਾਲਾ, ਪਠਾਨਕੋਟ ਅਤੇ ਗੁਰਦਾਸਪੁਰ ਸ਼ਹਿਰ ਬਾਰੇ ਰੇੜਕਾ ਸੀ। 1941 ਦੀ ਮਰਦਮਸ਼ੁਮਾਰੀ ਦੇ ਅੰਕੜੇ ਸ਼ੱਕਰਗੜ੍ਹ ਸਮੇਤ ਇਸ ਇਲਾਕੇ ਵਿੱਚ ਮੁਸਲਿਮ ਬਹੁਗਿਣਤੀ ਵਿਖਾਉਂਦੇ ਸਨ। ਪ੍ਰਮੁੱਖ ਰੂਪ ਵਿੱਚ ਇੱਥੇ ਅਹਿਮਦੀਆ ਜਮਾਤ ਦੀ ਬਹੁਗਿਣਤੀ ਸੀ, ਜਿਸ ਦੇ ਮੁਸਲਿਮ ਸਮਾਜ ਨਾਲ ਗੰਭੀਰ ਮਤਭੇਦ ਸਨ। ਸ਼ੱਕਰਗੜ੍ਹ ਤਹਿਸੀਲ ਨੂੰ ਰਾਵੀ ਦਾ ਪਾਣੀ ਲੱਗਦਾ ਸੀ, ਜਦਕਿ ਬਾਕੀ 3 ਤਹਿਸੀਲਾਂ ਭਾਰਤੀ ਪੰਜਾਬ ਦੇ ਹਿੱਸੇ ਆਉਣੀਆਂ ਸਨ। ਮੁਸਲਿਮ ਲੀਗ ਦਾ ਇਲਜ਼ਾਮ ਸੀ ਕਿ ਇਸ ਫੈਸਲੇ ਪਿੱਛੇ ਭਾਰਤ ਨੂੰ ਕਸ਼ਮੀਰ ਤੱਕ ਦਾ ਸੜਕੀ ਰਸਤਾ ਮੁਹੱਈਆ ਕਰਵਾਏ ਜਾਣ ਦੀ ਚਾਲ ਸੀ। ਕੁਝ ਇਸ ਤਰ੍ਹਾਂ ਦਾ ਰੇੜਕਾ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਕੁਝ ਇਲਾਕਿਆਂ ਬਾਰੇ ਵੀ ਸੀ। ਪੰਜਾਬ ਬਾਉਂਡਰੀ ਕਮਿਸ਼ਨ ਦੇ ਮੈਂਬਰ ਜਸਟਿਸ ਦੀਨ ਮੁਹੰਮਦ ਨੇ ਪਾਕਿਸਤਾਨ ਦੇ ਪ੍ਰਸਿੱਧ ਅਖਬਾਰ ਡਾਨ ਦੇ 25 ਅਪ੍ਰੈਲ 1958 ਦੇ ਅੰਕ ਵਿੱਚ ਇੱਕ ਬਿਆਨ ਰਾਹੀਂ ਦਾਅਵਾ ਕੀਤਾ ਸੀ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਕੁਝ ਹਿੱਸੇ ਪਹਿਲਾਂ ਪਾਕਿਸਤਾਨੀ ਪੰਜਾਬ ਵਿੱਚ ਸ਼ਾਮਲ ਕੀਤੇ ਗਏ ਸਨ, ਪਰ ਐਨ ਆਖਰੀ ਮੌਕੇ 'ਤੇ ਇਹ ਫੈਸਲਾ ਬਦਲ ਦਿੱਤਾ ਗਿਆ ਸੀ। ਅਜਿਹਾ ਹੀ ਦਾਅਵਾ ਬਾਉਂਡਰੀ ਕਮਿਸ਼ਨ ਦੇ ਦੂਜੇ ਮੈਂਬਰ ਜਸਟਿਸ ਮੁਹੰਮਦ ਮਨੀਰ ਨੇ 23 ਜੂਨ 1964 ਦੇ ਪਾਕਿਸਤਾਨ ਟਾਈਮਜ਼ ਵਿੱਚ ਲਿਖੇ ਆਪਣੇ ਲੇਖ ਵਿੱਚ ਵੀ ਕੀਤਾ ਸੀ। ਇਸੇ ਕਿਸਮ ਦੇ ਕੁਝ ਵਿਵਾਦ ਬੰਗਾਲ ਦੇ ਕੁਝ ਇਲਾਕਿਆਂ ਬਾਰੇ ਵੀ ਸਨ। ਭਾਰਤ ਦਾ ਇਲਜ਼ਾਮ ਸੀ ਕਿ ਚਿੱਟਗੋਂਗ ਹਿੱਲ ਟ੍ਰੈਕਟ ਵਿੱਚ 97% ਬੋਧੀ ਵਸੋਂ ਹੋਣ ਦੇ ਬਾਵਜੂਦ ਇਹ ਇਲਾਕਾ ਪਾਕਿਸਤਾਨ ਵਿੱਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਬੰਗਾਲ ਦੇ ਮੁਰਸ਼ਿਦਾਬਾਦ ਅਤੇ ਮਾਲਦਾ ਵਿੱਚ ਲੋਕਾਂ ਨੇ ਘਰਾਂ ਉੱਤੇ 14 ਅਗਸਤ ਦੀ ਰਾਤ ਪਾਕਿਸਤਾਨ ਦੇ ਝੰਡੇ ਲਾ ਲਏ, ਪਰ ਅਗਲੇ ਦਿਨ ਪਤਾ ਲੱਗਿਆ ਕਿ ਇਹ ਇਲਾਕੇ ਤਾਂ ਭਾਰਤ ਵਿੱਚ ਰਹਿ ਗਏ ਹਨ। ਸਿੱਖ ਕੌਮ ਦੀ ਰਾਜਸੀ ਜਮਾਤ ਅਕਾਲੀ ਦਲ ਦੇ ਨੁਮਾਇੰਦੇ ਦਾ ਹੱਦਬੰਦੀ ਕਮਿਸ਼ਨ ਵਿੱਚ ਨਾ ਹੋਣਾ ਸਿੱਖ ਕੌਮ ਲਈ ਵੱਡਾ ਝਟਕਾ ਸੀ। ਇਸ ਦਾ ਖਮਿਆਜ਼ਾ ਸਿੱਖਾਂ ਨੂੰ ਵੱਡੀ ਬਰਬਾਦੀ ਦੇ ਰੂਪ ਵਿੱਚ ਭੁਗਤਣਾ ਪਿਆ। ਮਹਾਰਾਜਾ ਪਟਿਆਲਾ ਨੂੰ ਬਹੁਤ ਦੇਰ ਨਾਲ 8 ਅਗਸਤ ਨੂੰ ਪੰਜਾਬ ਦੀ ਸੰਭਾਵੀ ਹੱਦਬੰਦੀ ਬਾਰੇ ਖਿਆਲ ਆਇਆ। ਅਮਰੀਕਨ ਹਫ਼ਤਾਵਾਰੀ ਮੈਗਜ਼ੀਨ ਕੋਲੀਅਰਜ਼ ਦੇ 4 ਅਗਸਤ 1951 ਦੇ ਅੰਕ ਵਿੱਚ ਛਪੀ ਰਿਪੋਰਟ ਮੁਤਾਬਕ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ 8 ਅਗਸਤ ਨੂੰ ਪੰਜਾਬ ਦੀ ਹੱਦਬੰਦੀ ਬਾਰੇ ਰਹਿ ਦੇਣ ਲਈ ਆਪਣਾ ਇੱਕ ਨੁਮਾਇੰਦਾ ਵਾਇਸਰਾਏ ਕੋਲ ਭੇਜਿਆ ਸੀ। ਇਹ ਨੁਮਾਇੰਦਾ ਮਾਊਂਟਬੈਟਨ ਦੇ ਪਰਸਨਲ ਸੈਕਟਰੀ ਜਾਰਜ ਐਵਲ ਨੂੰ ਮਿਲਿਆ। ਜਾਰਜ ਐਵਲ ਨੇ ਇਸ ਬਾਰੇ ਮਾਊਂਟਬੈਟਨ ਨੂੰ ਲਿਖਿਆ ਸੀ ਕਿ ਹੁਣ ਹੱਦਬੰਦੀ ਕਮਿਸ਼ਨ ਬਾਰੇ ਕੋਈ ਫੇਰਬਦਲ ਸੰਭਵ ਨਹੀਂ ਹੈ, ਕਿਉਂਕਿ ਕਮਿਸ਼ਨ ਲਗਭਗ ਆਪਣਾ ਫੈਸਲਾ ਲੈ ਚੁੱਕਿਆ ਹੈ। ਸੋ ਇਹੀ ਠੀਕ ਰਹੇਗਾ ਕਿ ਮਹਾਰਾਜਾ ਪਟਿਆਲਾ ਨੂੰ ਕੋਈ ਵੀ ਜਵਾਬ ਨਾ ਭੇਜਿਆ ਜਾਵੇ। ਇਸ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਏਵਨ ਜੈਂਕਿੰਜ਼ ਨੇ ਵੀ 21 ਜੁਲਾਈ ਨੂੰ ਵਾਇਸਰਾਏ ਨੂੰ ਇੱਕ ਪੱਤਰ ਲਿਖਿਆ ਸੀ ਕਿ ਉਹ ਪੰਜਾਬ ਸੰਬੰਧੀ ਹੱਦਬੰਦੀ ਕਮਿਸ਼ਨ ਦੇ ਫੈਸਲੇ ਦੀ ਅਗਾਊ ਜਾਣਕਾਰੀ ਚਾਹੁੰਦੇ ਹਨ। ਵਾਇਸਰਾਏ ਦੇ ਪਰਸਨਲ ਸੈਕਟਰੀ ਜਾਰਜ ਐਵਲ ਨੇ ਸਿਰਲ ਰੈਡਕਲਿਫ ਦੇ ਸੈਕਟਰੀ ਕ੍ਰਿਸਟੋਫਰ ਬੌਮੌਂਟ ਤੋਂ ਇਸ ਸੰਬੰਧੀ ਜਾਣਕਾਰੀ ਮੰਗੀ ਸੀ। ਬੌਮੌਂਟ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਜਾਰਜ ਐਵਲ ਨੇ ਸੈਕਟਰੀ ਟੂ ਗਵਰਨਰ ਆਫ ਪੰਜਾਬ ਸਟੂਅਰ ਐਵੋਟ ਨੂੰ 8 ਅਗਸਤ ਨੂੰ ਇੱਕ ਨਕਸ਼ੇ ਦੀ ਕਾਪੀ ਵੀ ਭੇਜੀ ਸੀ, ਜਿਸ ਵਿੱਚ ਪੰਜਾਬ ਦੀ ਸੰਭਾਵੀ ਹੱਦਬੰਦੀ ਬਾਰੇ ਦੱਸਿਆ ਗਿਆ ਸੀ।
ਨਾਲ ਹੀ ਲਿਖਿਆ ਸੀ ਕਿ ਇਸ ਵਿੱਚ ਬਹੁਤੇ ਫੇਰ ਬਦਲ ਦੀ ਸੰਭਾਵਨਾ ਨਹੀਂ ਹੈ। ਉਧਰ ਆਉਣ ਵਾਲੇ ਦਿਨਾਂ ਤੋਂ ਲਗਭਗ ਬੇਖਬਰ ਸਰਦਾਰ ਉੱਤਮ ਸਿੰਘ ਚੱਕ ਛਤਰ ਵਿੱਚ ਰੋਜ਼ਮਰਰਾ ਦੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਸਨ। ਉੱਤਮ ਸਿੰਘ ਦੱਸਦੇ ਹਨ ਕਿ ਉਸ ਸਾਲ ਨਰਮੇ ਅਤੇ ਕਮਾਦ ਦੀ ਫਸਲ ਬੜੀ ਭਾਰੀ ਸੀ, ਪਰ ਸ਼ਾਇਦ ਇਸ ਨੂੰ ਛੱਡ ਕੇ ਜਾਣਾ ਪੈਣਾ ਸੀ। ਇਹ 12 ਅਗਸਤ ਦਾ ਦਿਨ ਸੀ। ਸਾਡੇ ਲਵੇਰੇ ਹਟ ਗਏ ਸੀਗੇ, ਘੱਟ ਸੀਗੇ, ਅਤੇ ਜਿਹੜਾ ਛੋਟਾ ਭਰਾ ਸੀ ਨਾ, ਇੱਕ ਮੈਂ ਤਾਂ ਗਾਂ ਛੱਡਣ ਆਏ ਆ, ਇਹ ਛੱਡਣ ਆਇਆ ਨਹੀਂ, ਮੈਂ ਜਾਣ ਦਿੱਤਾ, ਇਹਨੂੰ ਰੱਖ ਲਿਆ। ਉਜਰਤੀ ਜਿੱਦਾਂ ਨਾ ਭਾਦੋਂ ਦੇ ਦਿਨਾਂ 'ਚ ਸਾਡੇ ਕਮਾਦ ਉਸ ਸਾਲ ਨਰਮੇ ਕੀ ਕਮਾਦ ਕੀ ਇੰਨੇ ਭਾਰੇ ਸੀਗੇ ਵੀ ਜਿੱਦਾਂ ਛੱਡ ਕੇ ਆਉਣਾ ਸੀ। ਉੱਦਣ ਪਹਿਲਾਂ ਤਾਂ ਕੋਈ ਇੱਦਾਂ ਦੀ ਗੱਲ ਚੇਤੀ ਹੈ ਨਹੀਂ ਸੀ ਵੀ ਅੱਜ ਤੁਰਨਾ ਵੀ ਆ। ਸਵੇਰ ਤੋਂ ਕਣਕ ਇਕੱਠੀ ਕਰਦੇ ਰਹੇ ਆਪਣੇ ਚਾਚੇ ਦੇ ਪੁੱਤ ਦੀ, ਲਿਆਂਦੀ ਤਕਾਲਾਂ ਪਈਆਂ ਤਾਂ ਬੜਾ ਭਰਾ ਪਾਣੀ ਲਾਉਣ ਗਿਆ ਸੀ, ਉਹ ਘਰ ਕਹਿ ਗਿਆ ਬਈ ਮੇਰੇ ਲਈ ਨਾ ਹੀ ਰੋਟੀ ਲੈ ਆਈ ਅਤੇ ਨਾ ਹੀ ਫਿਰ ਰਾਤ ਨੂੰ ਪਾਣੀ ਲਾਵਾਂਗੇ। ਸੁਲਮਾਨਾ ਦਾ ਇਲਾਕਾ ਸੀਗਾ ਜਿੱਧਰ, ਉੱਧਰੋਂ ਕਿਸੇ ਨੇ ਦੱਸਿਆ ਆਣ ਕੇ ਵੀ ਉਹਨਾਂ ਮੁਸਲਮਾਨਾਂ ਨੇ ਅੱਜ ਤਿਆਰੀ ਕੀਤੀ ਹੈ ਨਾ ਪਿੰਡਾਂ ਨੂੰ ਵੀ ਮਾਰਨੇ ਆ, ਅਤੇ ਫਿਰ ਪਿੰਡ ਪਤਾ ਲੱਗ ਗਿਆ ਬਈ ਰੌਲਾ ਪੈ ਜਾਣਾ। ਮੈਂ ਉਸ ਵੇਲੇ ਘੋੜੇ 'ਤੇ ਗਿਆ, ਜਾ ਕੇ ਤਾਂ ਉਹਨੂੰ ਦੱਸਿਆ ਵੀ ਤੂੰ ਪਾਣੀ ਰਹਿਣ ਦੇ ਅਤੇ ਘਰ ਨੂੰ ਆ ਜਾ, ਵੀ ਰੌਲਾ ਅੱਜ ਗੜਬੜ ਆ। ਉਹ ਵੀ ਘਰ ਨੂੰ ਆ ਗਿਆ। ਮੈਂ ਰਾਵਾਂ ਦੇ ਜਿਹੜੇ ਡੇਰੇ ਸੀਗੇ ਦੂਰ ਦੂਰ ਸੀਗੇ, ਸਾਰਿਆਂ ਦੇ ਘੋੜੇ ਦਾ ਘੁੰਮ ਕੇ ਸਾਰਿਆਂ ਨੂੰ ਦੱਸਿਆ ਆ। ਜਿਹੜਾ ਇਹ ਚੱਕ ਨੰਬਰ 76 EB ਸੀ ਨਾ, ਇੱਥੇ ਸਾਡੇ ਸੀਗੇ 3.5 ਮਰੱਬੇ। ਇੱਥੇ ਮੇਰੇ 2 ਭਰਾ ਰਹਿੰਦੇ ਸੀ, ਇੱਕ ਬੱਗਾ ਸਿੰਘ ਇੱਕ ਉੱਤਮ ਸਿੰਘ। ਇਹਨਾਂ ਕੋਲ ਜਿਸ ਵੇਲੇ ਮੈਂ ਆਇਆ ਤਾਂ ਇਹਨਾਂ ਦੇ ਨਾਲ ਮੈਂ ਫਿਰ ਤੁਰਿਆ ਇੱਧਰ। ਅਸੀਂ ਸਿਰਫ ਉੱਥੋਂ ਇੱਕ ਘੋੜਾ ਅਤੇ ਜਿਹੜੇ ਬੋਲਦ ਸੀ ਦੋ 3 ਜੋੜੀਆਂ, ਇੱਕ ਜੋੜੀ ਤਾਂ ਸਾਡੀ ਰਾਹ 'ਚ ਰਹਿ ਗਈ, 2 ਜੋੜੀਆਂ ਅਸੀਂ ਬੋਲਦਾਂ ਦੀਆਂ ਲਿਆਏ ਗੱਡੇ 'ਤੇ ਜੋੜ ਕੇ। ਗੱਡਾ ਜਿਹੜਾ ਸੀਗਾ ਉਸਨੇ 2 ਗੱਡੇ ਸੀ ਸਾਡੇ ਕੋਲ, ਇੱਕ 'ਤੇ ਜਿਹੜਾ ਡਿੱਡਾ ਕੱਪੜਾ ਰੱਖਿਆ ਜਾਂ ਭਾਂਡੇ ਰੱਖੇ, ਇੱਕ ਰਾਹ ਬਹੁਤ ਗਰੀਬ ਸੀਗੇ, ਉਹਨਾਂ ਦਾ ਪਰਿਵਾਰ ਬਹੁਤ ਸੀ, ਉਹ ਸਾਡੇ ਭਰਾ ਨੇ ਰਾਮਾਂ ਨੂੰ ਦੇ ਦਿੱਤਾ ਵੀ ਤੁਸੀਂ ਗੱਡਾ ਲੈ ਲਓ ਅਤੇ ਆਪਣਾ ਬਲਦ ਜੋੜ ਕੇ ਤਾਂ ਪਰਿਵਾਰ ਬਹਾਲ ਲਓ। ਬੱਗਾ ਸਿੰਘ ਨੇ 2 ਗੱਡਿਆਂ ਦੇ ਵਿੱਚੋਂ ਜਿਹੜਾ ਗੱਡਾ ਵਧੀਆ ਸੀ ਉਹ ਰਾਹ ਸਿੱਖਾਂ ਨੂੰ ਦੇ ਦਿੱਤਾ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਲੈ ਕੇ ਸਹੀ ਸਲਾਮਤ ਨਿਕਲ ਸਕਣ। ਦੂਜੇ ਗੱਡੇ 'ਤੇ ਆਪਣਾ ਸਮਾਨ ਲੱਦ ਕੇ ਤਿਆਰੀ ਕੀਤੀ ਜਾ ਰਹੀ ਸੀ ਕਿ ਰਾਤ ਨੂੰ ਗੱਡੇ ਦੀ ਪਿੰਜਣੀ ਟੁੱਟ ਗਈ। ਮੁਸਲਮਾਨ ਤਰਖਾਣਾ ਦੀ ਸਹਾਇਤਾ ਨਾਲ ਉਸੇ ਰਾਤ ਹੀ ਇਸ ਨੂੰ ਠੀਕ ਕੀਤਾ ਗਿਆ ਸੀ। ਸਾਡੇ ਗੱਡੇ ਦੀ ਪਿੰਜਣੀ ਟੁੱਟ ਗਈ, ਅਸੀਂ ਕਿਹਾ ਸਮਾਨ ਕਾਹਦੇ 'ਤੇ ਲੱਦਣਾ ਹੁਣ, ਇਹ ਕਹਿੰਦਾ ਚੱਲ ਇਹ ਆਪਾਂ ਚੱਲੀਏ, ਤੂੰ ਇਹ ਪਿੰਜਣੀ, ਆਪਾਂ ਮੁਸਲਮਾਨ ਤਰਖਾਣ ਸੀਗੇ, ਇਹ ਪਿੰਜਣੀ ਨੂੰ ਆਪਾਂ ਕਿੱਲ ਲਾ ਫਟਾ ਲਾ ਕੇ ਦਾਲ ਦਿਉ, ਕਿੱਲ ਲਾ ਦਿੰਦੇ ਹਾਂ। ਮੁਸਲਮਾਨਾਂ ਤੋਂ ਅਸੀਂ ਛੈਣੀ ਤੋਂ ਥੋੜ੍ਹਾ ਲਿਆ, ਬਰਮਾ ਲਿਆ, ਇਹ 6 ਕੱਢ ਕੇ ਅਤੇ ਕਿੱਲ, ਉਹ ਅਤੇ ਵਿਚਾਰੇ ਰੋਣ। ਮੁਸਲਮਾਨਾਂ ਗੰਢ ਜੋੜ ਬਹੁਤ ਸੀਗਾ ਸਾਡਾ, ਇਹ ਪ੍ਰੇਮ ਬਹੁਤ ਸੀਗਾ। ਆਪਣੇ ਘਰ ਬਾਰ ਛੱਡ ਕੇ ਜਾਣ ਲਈ ਕੋਈ ਵੀ ਪਰਿਵਾਰ ਮਾਨਸਿਕ ਤੌਰ 'ਤੇ ਤਿਆਰ ਨਹੀਂ ਸੀ, ਇਸੇ ਕਰਕੇ ਕੋਈ ਵੀ ਅਗਾਊਂ ਤਿਆਰੀ ਨਹੀਂ ਸੀ ਕੀਤੀ ਗਈ। ਲਾਹੌਰ ਵਿੱਚ ਵੀ ਮਾਹੌਲ ਤਲਖ ਸੀ। ਪ੍ਰਕਾਸ਼ ਕੌਰ ਦੀ ਵੱਡੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਉੱਧਰ ਚੱਕ 61 ਦੇ ਮੋਹਤਬਰ ਬੰਦਿਆਂ ਨੇ ਜਵਾਨ ਕੁੜੀਆਂ ਨੂੰ ਇਕੱਠਿਆਂ ਕਰਕੇ ਗੋਲੀਆਂ ਮਾਰ ਦੇਣ ਦਾ ਅਜੀਬ ਫੈਸਲਾ ਕੀਤਾ। ਜ਼ਬਰਦਸਤੀ ਨਿਕਲਣਾ ਪਿਆ ਅਲੀਗੜ੍ਹ ਧੱਕਣ ਕੇ, ਪਰ ਉਹ ਤਿਆਰੀ ਕੋਈ ਨਹੀਂ ਕੀਤੀ। ਮੁੜ ਕੇ ਦੁਬਾਰਾ ਆ ਜਾਣਾ, ਅਸੀਂ ਕਿਹੜਾ ਉੱਥੇ ਰਹਿਣਾ, ਸਭ ਨੂੰ ਇੰਜ ਹੀ ਸੀ। ਤਾਂ ਉੱਥੇ ਤਾਂ ਕਰਕੇ ਕੋਈ ਸਮਾਨ ਨਾ, ਕੋਈ ਪਲੈਨ ਹੀ ਨਹੀਂ ਕੀਤਾ ਵੀ ਚੁੱਕ ਕੇ ਲੈ ਕੇ ਜਾਈਏ। ਸਿਸਟਰ ਦੀ ਮੈਰਿਜ ਰੱਖੀ ਹੋਈ ਸੀ, ਸਾਰਾ ਦਾਜ ਉਹਨਾਂ ਦਾ, ਚਾਚੀ ਦਾ ਵਿਆਹ, ਚਾਚਾ ਜੀ ਦਾ ਵਿਆਹ ਹੋ ਕੇ ਹਟਿਆ ਸੀ 1946 'ਚ, ਸਾਰਾ ਦਾਜ ਉਹਨਾਂ ਦਾ ਉੱਥੇ ਪਿਆ ਸੀ। ਜਿਹੜੇ ਚਾਚੀ ਜੀ ਦਿੱਲੀ ਸਨ ਉਹਨਾਂ ਦਾ ਮੇਨ ਸਮਾਨ ਇੱਥੇ ਪਿਆ ਸੀ, ਪੋਸਟਿੰਗ ਉੱਥੇ ਸੀ, ਲਾਹੌਰ ਸੀ ਸਾਡਾ ਸਾਰਿਆਂ ਦਾ ਹੀ, ਉੱਥੋਂ ਕੁਛ ਚੁੱਕ ਨਹੀਂ ਸਕੇ ਬਿਲਕੁਲ। ਹਾਲੇ ਦੱਸੇ ਦਾਜ ਭੈਣ ਜੀ ਦਾ ਬਣਿਆ ਸਾਰਾ, 2 ਸਾਡੇ ਘਰ ਮਸ਼ੀਨਾਂ ਸੀ, ਉਸ ਸਿੰਗਰ ਵੀ, ਪਫ ਵੀ, 8 ਸਾਈਕਲ ਸੀ ਜਿਸ ਲਈ ਨਿਕਲੀਆਂ, ਉਦੋਂ ਸਾਈਕਲ ਵੀ ਕਾਰ ਵਰਗਾ ਹੁੰਦਾ ਸੀ। ਕੁਛ ਨਹੀਂ, ਅਸੀਂ ਚਲੇ ਜਾਂਦਾ ਸਮਾਨ, ਦੂਜਿਆਂ ਘਰਾਂ ਆਇਆ ਪਹਿਲਾਂ ਰੱਖ ਲਿਆ, ਜਿਹੜਾ ਥੋੜ੍ਹਾ ਵਾਲਾ ਜਿਹਨਾਂ ਦੀ ਜ਼ਿਆਦਾ ਲੜਦੇ ਹਾਂ ਉਸਦਾ। ਸਾਰੇ ਇਕੱਠੇ ਹੋ ਗਏ ਅਤੇ ਉਹ ਕਹਿੰਦੇ ਹੁਣ ਤੁਸੀਂ ਇੱਦਾਂ ਕਰੋ, ਮਿਲਦੇ ਸਕੀਮ ਬਣਾਈ, ਕੁੜੀਆਂ ਨੂੰ ਇਕੱਠੀਆਂ ਕਰਕੇ ਗੋਲੀ ਮਾਰ ਦਿਓ ਸਾਰੀਆਂ, ਕਿਸੇ ਦੇ ਹੱਥ ਨਾ ਹੋਣ। ਫਿਰ ਕਹਿੰਦੇ ਕਿਸੇ ਇੱਕ ਅੰਮ੍ਰਿਤਸਰ ਸੀਗਾ ਮਾਝੇ ਦਾ, ਉਹ ਕਹਿੰਦਾ ਇੱਦਾਂ ਨਾ ਕਰੋ, ਘਰ ਚਲੋ, ਮੁੜ ਕੇ ਸਕੀਮ ਬਣਾਓ, ਫਿਰ ਰਾਤ ਨੂੰ ਛੱਡ ਕੇ ਦਰਬਾਰ ਘਰ।
ਉੱਠ ਕੇ ਤੁਰ ਪਿਆ ਗੱਡੇ ਦੇ ਉੱਤੇ, ਮੈਂ ਕੱਪੜੇ ਪਾ ਲਾ ਤੇ ਉਦੋਂ ਸੁੱਟ। ਲਾਹੌਰ ਵਿੱਚ ਹਾਲਾਤ ਕਾਫੀ ਗੰਭੀਰ ਸਨ। ਦ ਸਿਵਲ ਐਂਡ ਮਿਲਟਰੀ ਗਜਟ ਮੁਤਾਬਕ 12 ਅਗਸਤ ਨੂੰ ਲਾਹੌਰ ਵਿੱਚ 22 ਵਿਅਕਤੀ ਮਾਰੇ ਗਏ ਅਤੇ 25 ਜ਼ਖਮੀ ਹੋਏ। ਅਗਲੇ ਦਿਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 111 ਹੋ ਗਈ ਅਤੇ 115 ਵਿਅਕਤੀ ਜ਼ਖਮੀ ਹੋ ਗਏ। ਹਾਲਾਂਕਿ ਅਸਲ ਗਿਣਤੀ ਇਸ ਤੋਂ ਕਿਤੇ ਵਧੇਰੇ ਸੀ। ਲਾਹੌਰ ਦੇ ਸ਼ੀਸ਼ ਮਹਿਲ ਰੋਡ ਵਾਲੇ ਇਲਾਕੇ ਵਿੱਚ ਘਰਾਂ ਦੀ ਸਾੜ ਫੂਕ ਕੀਤੀ ਜਾ ਰਹੀ ਸੀ। ਪ੍ਰਕਾਸ਼ ਕੌਰ ਦੇ ਪਿਤਾ ਜੀ ਜਦੋਂ ਆਪਣੇ ਘਰ ਦੀ ਬਾਰੀ ਵਿੱਚੋਂ ਬਾਹਰਲੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਸਨ ਤਾਂ ਅਚਾਨਕ ਉਹਨਾਂ ਨੂੰ ਗੋਲੀ ਵੱਜ ਗਈ। ਪਾਰਟੀ ਦਰਵਾਜ਼ਾ ਜਿਹੜਾ ਸੀ ਮੇਨ ਗੜ੍ਹ ਸੀਗਾ, ਸਮਝੋ ਡਾਊਨ ਟਾਊਨ ਜਿਹਨੂੰ ਕਹਿ ਲਓ, ਨਾਰਕਲੀ ਬਾਜ਼ਾਰ ਵਗੈਰਾ ਵਗੈਰਾ, ਉੱਥੇ ਬੜੇ ਸਿੱਖਾਂ ਦੇ ਦੋਨੇ ਘਰ ਬਥੇਰੇ ਸੀ ਉੱਥੇ ਵੀ, ਕਿਉਂ ਇਕੱਠੇ ਰਹਿੰਦੇ ਸਾਰੇ, ਅਤੇ ਉਹ ਅੱਗਾਂ ਲਗਾ ਦਿੰਦੇ ਸੀ ਉਹਨਾਂ ਨੂੰ, ਕਿਤੇ ਗੋਲੀ ਲੱਗ ਗਈ। ਅਤੇ ਸਾਡਿਆਂ ਨੂੰ ਜਦੋਂ ਬਾਹਰ ਦੇਖ ਰਹੇ ਸੀ ਬਾਰੀ 'ਚੋਂ, ਤਾਂ ਗੋਲੀ ਇੱਥੇ ਲੱਗੀ। ਇਹ ਵੀ ਬੜਾ ਸ਼ੁਕਰ ਜਿਹਾ, ਇੱਥੇ ਟੈਂਪਲ 'ਤੇ ਲੱਗਦੀ ਤਾਂ ਉੱਥੇ ਖਤਮ ਹੋ ਜਾਣਾ ਸੀ। ਇਹ ਹੋ ਗਈ, ਇੱਥੇ ਗੋਲੀ ਲੱਗੀ, ਇਹ ਦਾਣ ਕੇ ਪਸ ਗਿਆ ਇਸ ਪਾਸੇ, ਉਹ ਪਤਾ ਇਹਨੇ ਬੈਠ ਕੇ ਆਪ ਹੀ ਕੱਢ ਲਈ, ਅਤੇ ਦੰਦ ਉਹਨਾਂ ਟੁੱਟ ਗਏ, ਦੰਦ ਵੀ ਕੱਢ ਦਿੱਤੇ, ਜ਼ਬਾਨ ਵੀ ਕੱਟੀ ਗਈ, ਖੂਨ ਵੀ ਜੰਮ ਗਿਆ ਗਲੇ 'ਚ, ਬੋਲ ਨਹੀਂ ਸਕੇ। ਤਾਂ ਫਿਰ ਲਿਖ ਕੇ ਉਹਨਾਂ ਨੂੰ ਦਿੱਤਾ ਸੀ ਕਿ ਮੇਰੀ ਇਹ ਜਿਹੜੀ ਬੰਦੂਕ ਹੈ, ਰਾਈਫਲ ਹੈ, ਡਬਲ ਬੈਰਲ ਗਨ ਸੀ ਉਹਨਾਂ ਦੀ, ਕਿ ਇਹ ਜ਼ਰੂਰ ਲੈ ਜਾਣਾ। ਇੱਕ ਮੇਰੀ ਜੇਬ ਘੜੀ, ਇੱਕ ਗੋਲੀ ਮੇਰੇ ਭੈਣ ਜੀ ਦੇ ਕੰਨ ਕੋਲੋਂ ਲੰਘੀ, ਇੱਕ ਉਹ ਜਿਹੜਾ ਉਹ ਸੀਗਾ ਸਵਰਨ ਸਿੰਘ, ਉਹਦੇ ਮੋਢੇ ਕੋਲੋਂ ਲੰਘੀ। ਲਾਹੌਰ ਵਿੱਚ ਅਜੇ ਤੱਕ ਫੌਜ ਦੀ ਤਾਇਨਾਤੀ ਬਾਰੇ ਵਿਚਾਰ ਹੀ ਕੀਤੀ ਜਾ ਰਹੀ ਸੀ। ਅਸਲ ਵਿੱਚ ਫੌਜ ਖੁਦ ਬਟਵਾਰੇ ਦਾ ਸ਼ਿਕਾਰ ਹੋ ਗਈ ਸੀ। ਨਵੇਂ ਬਣ ਰਹੇ ਦੇਸ਼ਾਂ ਦੇ ਆਧਾਰ 'ਤੇ ਬਟਾਲੀਅਨਾਂ ਵਿੱਚ ਫੌਜੀ ਜਵਾਨਾਂ ਦੀ ਵੀ ਬਕਾਇਦਾ ਵੰਡ ਕੀਤੀ ਗਈ ਸੀ। ਸਾਰੇ ਲੋਕ ਖੂਨ ਦੇ ਪਿਆਸੇ ਨਹੀਂ ਸਨ, ਕੁਝ ਰੱਬ ਦੇ ਬੰਦੇ ਵੀ ਮੌਜੂਦ ਸਨ। ਆਉਣ ਵਾਲੇ ਖਤਰੇ ਨੂੰ ਮਹਿਸੂਸ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਪਿੰਡ ਉਦੇਸੀਆਂ ਦੇ ਇੱਕ ਰਸੂਖਦਾਰ ਵਿਅਕਤੀ ਨੇ ਆਪਣੇ ਟਰੱਕ ਰਾਹੀਂ ਪਿੰਡ ਦੀਆਂ ਮੁਸਲਮਾਨ ਔਰਤਾਂ ਨੂੰ ਬਿਠਾ ਕੇ ਸਹੀ ਸਲਾਮਤ ਜ਼ਿਲ੍ਹਾ ਲਾਇਲਪੁਰ ਦੇ ਇੱਕ ਪਿੰਡ ਪਹੁੰਚਾਉਣ ਦਾ ਫੈਸਲਾ ਕੀਤਾ। ਇਹ ਪਿੰਡ ਧਨੂਆਣਾ ਦਾ ਗੁਆਂਢੀ ਪਿੰਡ ਸੀ। ਇਸ ਵਿਅਕਤੀ ਨੂੰ ਉੱਧਰ ਜਾ ਕੇ ਪਤਾ ਲੱਗਿਆ ਕਿ ਧਨੂਆਣਾ ਪਿੰਡ ਵਿੱਚ ਕੁਝ ਸਿੱਖ ਪਰਿਵਾਰ ਵੀ ਫਸੇ ਹੋਏ ਹਨ। ਹਰਭਜਨ ਕੌਰ ਜੋ ਆਪਣੇ ਬੱਚਿਆਂ ਨਾਲ ਧਨੂਆਣਾ ਗਏ ਹੋਏ ਸਨ, ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਹੁਣ ਵਾਪਸੀ ਚੱਕ 37 ਨੂੰ ਨਹੀਂ ਬਲਕਿ ਚੜ੍ਹਦੇ ਪੰਜਾਬ ਨੂੰ ਕਰਨੀ ਪੈਣੀ ਹੈ। ਪਿੰਡ ਦੇ ਬੀਬੀਆਂ ਬੱਚਿਆਂ ਸਮੇਤ ਤਕਰੀਬਨ ਹਰ ਘਰ ਦਾ ਇੱਕ ਵਿਅਕਤੀ ਕੀਮਤੀ ਸਮਾਨ ਸਮੇਤ ਇਸ ਟਰੱਕ ਵਿੱਚ ਚੜਾ ਲਿਆ ਗਿਆ। ਉਸ ਪਿੰਡ ਦਾ ਸੀਗਾ ਵੱਡਾ ਚੰਗਾ ਅਫਸਰ ਸੀ, ਚਾਰ ਬੰਦੇ ਉਹਦੇ ਨਾਲ ਹੋਰ ਸੀ ਆਖੇ ਰੁਪਣਾ ਰੁਪਣਾ। ਫਿਰ ਪਤਾ ਲੱਗ ਗਿਆ ਵੀ ਉੱਧਰ ਹੀ ਜਾਣਾ, ਇੱਧਰੋਂ ਵੀ ਆਇਆ ਤਾਂ ਉਹ ਛੱਡ ਕੇ ਉਹਨਾਂ ਬੰਦਿਆਂ ਨੂੰ ਲਾਗੇ ਪਿੰਡ ਸੀਗਾ। ਉਹ ਵਿਚਾਰਾ ਕਹਿੰਦਾ ਵੀ ਕਹਿੰਦੇ ਪਿੰਡ ਹੈ ਨਹੀਂ, ਉਹ ਮਾਰੇ ਮਾਰ ਦਿੱਤੇ। ਫਿਰ ਕਹਿੰਦੇ ਅਸੀਂ ਦੇਖਦਾ ਹੀ, ਅਸੀਂ ਤਾਂ ਟਰੱਕ 'ਤੇ ਆ ਗਈਆਂ ਉਸ 'ਤੇ ਨਿਆਣੇ ਸਾਰੇ ਲੈ ਕੇ, ਜਿੰਨੇ ਕੁ ਬੰਦੇ ਬੈਠੇ ਪਿੰਡ ਦੇ ਇਕੱਲੇ ਇਕੱਲੇ ਘਰ 'ਚੋਂ, ਜੋ ਕੁਛ ਤੁਹਾਡੇ ਕੋਲ ਹੈਗਾ ਚੰਗਾ ਤਾਂ ਉਹ ਲੈ ਕੇ ਆ ਜਾਓ। ਵਾਪਸੀ ਸਮੇਂ ਲਾਹੌਰ ਤੋਂ ਕੁਝ ਦੂਰੀ 'ਤੇ ਆ ਕੇ ਇਹ ਟਰੱਕ ਖਰਾਬ ਹੋ ਗਿਆ, ਇਸ ਨੂੰ ਠੀਕ ਕਰਵਾਉਣ ਲਈ ਵਾਪਸ ਲਾਹੌਰ ਲਿਜਾਣਾ ਪੈਣਾ ਸੀ, ਪਰ ਹਾਲਾਤਾਂ ਦੇ ਮੱਦੇਨਜ਼ਰ ਲਾਹੌਰ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਤਖ਼ਤ ਲਾਹੌਰ ਦੇ ਵਾਰਸਾਂ ਨੂੰ ਉਹ ਰਾਤ ਸੜਕ 'ਤੇ ਹੀ ਗੁਜ਼ਾਰਨੀ ਪਈ। ਸ਼ਾਇਦ ਉਸ ਮੌਕੇ ਉਹ ਸੁਨਸਾਨ ਸੜਕ ਲਾਹੌਰ ਨਾਲੋਂ ਜ਼ਿਆਦਾ ਮਹਿਫੂਜ਼ ਸੀ। ਖਰਾਬ ਟਰੱਕ ਹੋ ਗਿਆ ਉਹਦੇ ਆ ਕੇ, ਫਿਰ ਲੈਣ ਗਏ ਲਾਹੌਰੋਂ, ਕਹਿੰਦੇ ਲਿਆਉਣੇ ਅਸੀਂ ਬਣਵਾ ਕੇ ਲੈ। ਹੋਰ ਫਿਰ ਰਾਤ ਉਹਨਾਂ ਨੂੰ ਉੱਥੇ ਰਹਿਣਾ ਪਿਆ, ਅਸੀਂ ਉੱਥੇ ਰੋਡ 'ਤੇ ਰਹੇ ਰਾਤ ਸਾਰੇ ਨਿਆਣੇ ਨਿਕਲੇ। ਫਿਰ ਦੂਜੇ ਦਿਨ 4 ਵਜੇ ਉੱਥੋਂ ਆਏ, 4 ਵਜੇ ਆਏ ਤਾਂ ਫਿਰ ਸਾਨੂੰ ਲੈ ਕੇ ਤੁਰੇ। ਉੱਧਰ ਚੱਕ 76 ਤੋਂ ਤੁਰੇ ਕਾਫਲੇ ਨੂੰ ਪਹਿਲੀ ਰਾਤ ਆਰਫ ਵਾਲੇ ਤੋਂ ਪਿੱਛੇ ਚੱਕ 47 ਕੋਲ ਪੈ ਗਈ। ਤਾਂ ਇਹਦੇ ਲਈ ਉੱਥੋਂ ਤੁਰ ਪਏ ਤਾਂ ਰਾਤ ਪਈ, ਅਸੀਂ ਆਰਫ ਵਾਲੇ ਤੋਂ ਪਿੱਛੇ ਰਹਿ ਪਏ। ਸਾਡੇ ਉੱਥੇ ਰਿਸ਼ਤੇਦਾਰ ਸੀਗੇ, 47 ਚੱਕ ਪਿੰਡ ਸੀਗਾ, ਉੱਥੇ ਰਹਿ ਪਏ। ਉੱਥੇ ਰਹਿ ਤਾਂ ਰਾਤ ਨੂੰ ਅਸੀਂ ਉਹਨਾਂ ਦੇ ਜਾਏ ਡੇਰੇ ਨੂੰ ਦੇਖ ਕੇ ਆਈਏ ਵੀ ਉਹ ਕਿੱਦਾਂ ਤਿਆਰ ਹੋਵੇ ਕਿ ਨਹੀਂ। ਅਤੇ ਉਹ ਲੈਲਾ ਉਹਨਾਂ ਦੇ ਨਾਲ ਕੋ 32 ਜਗ੍ਹਾ ਪਿੰਡ 'ਚ ਚੁੱਪ ਚਾਪ ਹੀ, ਜਿਲ੍ਹੇ ਆਪਣੇ ਉਹਨਾਂ ਦੇ ਘਰ ਗਏ ਤਾਂ ਉਹ ਗੱਡੇ 'ਤੇ ਸਮਾਨ ਲੱਦਣ। ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਆ ਗਏ ਹਾਂ ਅਤੇ ਸਵੇਰ ਨੂੰ ਤੁਰਨਾ।
ਉਹਨੇ ਵੀ ਰਾਤੋਂ ਰਾਤ ਲੱਦ ਲਿਆ ਨਾਲ ਹੀ ਸੀ ਜਿੱਥੇ ਅਸੀਂ ਗੱਡੇ ਛੱਡੇ। ਸਵੇਰ ਨੂੰ ਤੁਰ ਪਾਇਆ ਫਿਰ ਆਲੇ ਦੁਆਲੇ ਜਿੰਨੇ ਪਿੰਡ ਸੀਗੇ ਉਹਨਾਂ ਪਿੰਡਾਂ ਦੇ ਸਵੇਰ ਤਾਂ ਆਰ ਫਾਲੇ ਤਾਂ ਆਉਂਦੇ ਹਨ, ਹੋਰ ਗੱਡੇ ਬਹੁਤ ਹੋ ਗਏ। ਸਵੇਰ ਤੱਕ ਆਰ ਫਾਲੇ ਤੱਕ ਆਉਂਦਿਆਂ ਆਉਂਦਿਆਂ ਬਹੁਤ ਸਾਰੇ ਗੱਡੇ ਇਹਨਾਂ ਨਾਲ ਆ ਰਲੇ ਅਤੇ ਇਹ ਕਾਫ਼ੀ ਵੱਡਾ ਕਾਫਲਾ ਬਣ ਗਿਆ। ਇਸੇ ਤਰ੍ਹਾਂ ਦਾ ਹੀ ਇੱਕ ਕਾਫਲਾ ਚੱਕ 61 ਵਿੱਚੋਂ ਵੀ ਚੱਲ ਪਿਆ। ਇਸ ਕਾਫਲੇ ਵਿੱਚ ਸਰਵਣ ਸਿੰਘ ਦੀ ਮੰਗੇਤਰ ਹਰਭਜਨ ਕੌਰ ਸ਼ਾਮਲ ਸੀ। ਇਸ ਕਾਫਲੇ ਨਾਲ ਵੱਡੀ ਗਿਣਤੀ ਵਿੱਚ ਕੁਝ ਹੋਰ ਨੇੜਲੇ ਪਿੰਡਾਂ ਦੇ ਗੱਡੇ ਵੀ ਆ ਰਲੇ ਸਨ। ਇਸ ਕਾਫਲੇ ਨੇ ਚੱਕ 70 ਵਾਲੀ ਨਹਿਰ ਦਾ ਪੁਲ ਟੱਪ ਕੇ ਅੱਗੇ ਚੱਕ 76 ਤੱਕ ਪਹੁੰਚਣਾ ਸੀ, ਪਰ ਚੱਕ 70 ਵਾਲੀ ਉਸ ਨਹਿਰ 'ਤੇ ਸਥਾਨਕ ਮੁਸਲਮਾਨਾਂ ਨੇ ਨਾਕਾ ਲਾ ਕੇ ਰਾਹ ਬੰਦ ਕੀਤਾ ਹੋਇਆ ਸੀ। ਕਾਫਲਿਆਂ ਕੋਲੋਂ ਲਾਂਘੇ ਦੇ ਇਬਜ ਵਿੱਚ ਪੈਸਿਆਂ ਅਤੇ ਪਸ਼ੂਆਂ ਦੀ ਮੰਗ ਕੀਤੀ ਜਾ ਰਹੀ ਸੀ। ਚੱਕ 70 ਪਹਿਲਾਂ ਹੀ ਉੱਜੜ ਚੁੱਕਿਆ ਸੀ, ਇਸ ਕਰਕੇ ਚੱਕ 61 ਦੇ ਕਾਫਲੇ ਨੇ ਚੱਕ 70 ਦੇ ਉੱਜੜੇ ਘਰੇ ਹੀ ਰੁਕਣ ਦਾ ਫੈਸਲਾ ਲਿਆ। ਬਦਕਿਸਮਤੀ ਨਾਲ ਚੱਕ 65 ਦਾ ਕਾਫਲਾ ਇਸ ਭੁਲੇਖੇ ਨਾਲ ਸਿੱਧਾ ਹੀ ਲੰਘਿਆ ਕਿ ਚੱਕ 61 ਨੇ ਸਹੀ ਸਲਾਮਤ ਨਹਿਰ ਵਾਲਾ ਨਾਕਾ ਪਾਰ ਕਰ ਲਿਆ ਹੈ। ਨਤੀਜੇ ਵਜੋਂ ਚੱਕ 65 ਦਾ ਸਾਰਾ ਕਾਫਲਾ ਇਸ ਨਾਕੇ 'ਤੇ ਮਾਰਿਆ ਗਿਆ। ਚੱਕ 61 ਦੇ ਕਾਫਲੇ ਨੂੰ 7 ਦਿਨਾਂ ਬਾਅਦ ਮਿੰਟ ਗੁਮਰੀ ਤੋਂ ਫੌਜ ਆ ਕੇ ਇਸ ਪਿੰਡੋਂ ਲੈ ਕੇ ਗਈ ਸੀ। ਪਿੰਡੋਂ ਨਿਕਲੇ ਤਾਂ ਫਿਰ ਬਹੁਤ ਰਲਦਾ ਨਹੀਂ, ਪਿੰਡ ਦੇ ਆਲੇ ਦੁਆਲੇ ਇਕੱਠੇ ਹੋ ਗਏ ਸਾਰੇ, 61 ਤੱਕ ਚੱਲ ਚੱਲੇ ਆ, ਰਾਤ ਨੂੰ ਸਾਰੇ ਆ ਗਏ, ਸਾਰਾ ਪਿੰਡ ਜਿੱਦਾਂ ਗੱਡੇ ਦੇ ਗੱਡੇ ਤੁਰੇ ਰਹੇ, ਫਿਰ 70 ਪਿੰਡ ਆ ਗਏ ਨਾਲ ਚੱਕ 70। ਹਾਂਜੀ, ਅਤੇ ਉੱਥੇ 7 ਦਿਨ ਰਹੇ, 7 ਚੱਕ ਚ ਘੇਰੇ 'ਚ ਮੂਹਰੇ ਨਹਿਰ ਸੀ, ਆਲੇ ਦੁਆਲੇ ਮੁਸਲਮਾਨਾਂ ਨੇ ਘੇਰਨਾ ਹੈ, ਨਹਿਰ ਦੇ ਉੱਤੇ ਉਹਨੇ ਨਾਕਾ ਲਾ ਲਿਆ। ਉਹਨਾਂ ਨੇ ਇਹਨਾਂ ਤੋਂ ਪੈਸੇ ਮੰਗੇ ਵੀ ਤੁਸੀਂ ਲੰਘ ਜਾਓ ਅਤੇ ਇੰਨੇ ਇੰਨੇ ਰੁਪਈਏ ਗੱਡੇ ਪਰਤੀ ਦੇ ਦਿਓ, ਪਰ ਉਹ ਫਿਰ ਵਿੱਚੋਂ ਸਿੰਘ ਮੰਨੇ ਨੇ, ਉਹ ਕਹਿਣ ਲੱਗੇ ਨਹੀਂ ਪੈਸੇ ਵੀ ਲੈ ਲੈਣੇ, ਮਾਰ ਵੀ ਦੇਣੇ, ਕਾਫਲਾ ਉਹਨੇ ਮਾਰ ਦਿੱਤਾ ਸੀ ਇਹਨਾਂ ਤੋਂ ਪਹਿਲਾਂ, ਫਿਰ ਉਹਨੇ ਪੈਸੇ ਨਹੀਂ ਦਿੱਤੇ, ਇਹ ਫਿਰ ਉਸੇ ਪਿੰਡ 'ਚ ਬੈਠੇ ਨੇ। ਕਿੱਦਾਂ ਜਿੱਦਾਂ ਵੀ ਇਕੱਠੇ ਹੋ ਕੇ 76 'ਚ ਜਾਣਾ ਸੀਗਾ, ਅਤੇ 76 'ਚ ਉੱਪੜੇ ਨਾਲ ਰਾਹ 'ਚ ਹੀ ਰਹਿ ਗਿਆ, ਅਤੇ ਉਹ ਉਹਨਾਂ ਨੇ ਕਿਹਾ ਬੈਂਡ ਲੰਘ ਗਿਆ ਭੁਲੇਖੇ ਨਾਲ, ਇਹ ਲੰਘ ਗਿਆ ਬਾਹਰ ਜਾ, ਉਹ ਬੈਂਡ ਸਾਰਾ ਹੀ ਪਿੰਡ ਮਾਰ ਸਕਿਆ, ਕੋਈ ਨੱਠ ਕੇ ਜਿਹੜਾ ਕੋਈ ਕੁਛ, ਫਿਰ ਮਿਲਟਰੀ ਰਲੀ ਉੱਥੇ, ਫਿਰ ਪਸ਼ੂਆਂ ਨੂੰ ਪੱਠਾ ਡੱਖਾ ਪਾਉਂਦੇ ਰਹੇ, ਉਹ ਪਿੰਡ ਪਹਿਲਾਂ ਉੱਜੜ ਕੇ ਪਹਿਲੇ ਕਾਫਲੇ 'ਚ ਨਿਕਲ ਚੱਕ 70, ਉਹਦੇ ਵਿੱਚ ਫਿਰ ਰਹੇ ਹਫ਼ਤਾ ਇੱਕ, ਫਿਰ ਜਿਹੜੀ ਇਹਨਾਂ ਨੂੰ ਨਵਾਉਣ ਵਾਸਤੇ ਮਿਲਟਰੀ ਆਈ ਮਿੰਟ ਗੁਣੀਓ, ਉਹਨੇ ਫਿਰ ਇਹ ਕਾਫਲਾ ਤੋੜੇ, ਦੇਖੇ ਲੱਕੜੀਆਂ ਉੱਦਾਂ ਹੀ ਪਈਆਂ, ਬੰਦੇ ਪਸ਼ੂ ਮਰੇ, ਸਾਫ਼ ਕੀਤਾ ਰਸਤਾ ਕਿਸੇ ਨੇ, ਸਾਡੇ ਮਿਲਟਰੀ ਰਲੀ ਦਾ ਨਾਲ ਲੈ ਕੇ ਤੁਰੇ। ਪਿੰਡ ਤਨੂਆਣਾ ਜ਼ਿਲ੍ਹਾ ਲਾਇਲਪੁਰ ਦੇ ਇੱਕ ਸਿੱਖ ਫੌਜੀ ਦੀ ਬਹਾਦਰੀ ਦਾ ਵੀ ਇੱਥੇ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ। ਇਹ ਫੌਜੀ ਛੁੱਟੀ ਆਇਆ ਹੋਇਆ ਸੀ। ਮਾਤਾ ਹਰਭਜਨ ਕੌਰ ਦੱਸਦੇ ਹਨ ਕਿ ਕਿਵੇਂ ਇਸ ਸਿੰਘ ਨੇ ਆਪਣੀ ਜਾਨ ਦੇ ਕੇ ਸਾਰਾ ਕਾਫਲਾ ਬਚਾ ਲਿਆ ਸੀ। ਇਹ ਫੌਜੀ ਇੱਕ ਪੁਲੀ ਦੀ ਓਟ ਲੈ ਕੇ ਲੜਦਾ ਰਿਹਾ ਸੀ, ਇੱਥੇ ਇੱਕ ਨਹਿਰ ਵੀ ਪੈਂਦੀ ਸੀ। ਇਸ ਲੜਾਈ ਦੌਰਾਨ ਇਹ ਗੰਭੀਰ ਜ਼ਖਮੀ ਹੋ ਗਿਆ। ਜਦੋਂ ਇਸਨੇ ਵੇਖਿਆ ਕਿ ਬਾਕੀ ਸਾਰਾ ਕਾਫਲਾ ਸਹੀ ਸਲਾਮਤ ਨਹਿਰ ਦੇ ਦੂਜੇ ਪਾਸੇ ਪਹੁੰਚ ਗਿਆ ਹੈ, ਤਾਂ ਇਸਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਗੰਭੀਰ ਜ਼ਖਮੀ ਹਾਲਤ ਵਿੱਚ ਤੈਰਦਾ ਹੋਇਆ ਬਾਕੀ ਕਾਫਲੇ ਨਾਲ ਆ ਰਲਿਆ। ਪਰ ਜ਼ਖਮ ਬਹੁਤ ਡੂੰਘੇ ਸਨ, ਖੂਨ ਦਾ ਬਹਾਅ ਬੰਦ ਨਾ ਹੋਇਆ। ਸਵੇਰੇ ਤਕਰੀਬਨ 4 ਵਜੇ ਇਹ ਸਿੰਘ ਚੜ੍ਹਾਈ ਕਰ ਗਿਆ। ਕਾਫਲੇ ਨੇ ਅਗਾਂਹ ਤੁਰਨ ਤੋਂ ਪਹਿਲਾਂ ਪੂਰੀ ਸ਼ਰਧਾ ਨਾਲ ਇਸ ਯੋਧੇ ਦਾ ਅੰਤਿਮ ਸੰਸਕਾਰ ਕਰ ਦਿੱਤਾ। ਅਸੀਂ ਤਾਂ ਟਰੱਕ 'ਤੇ ਆ ਗਈਆਂ, ਬਾਕੀ ਸਾਡੇ ਮੇਰੇ ਡੈਡੀ ਨੇ ਤਾਂ ਮੇਰੀ ਦਾਦੀ ਨੇ ਤਾਂ ਉਹ ਕਹਿੰਦੇ ਅਸੀਂ ਆਵਾਂਗੇ, ਅਸੀਂ ਮੱਝਾਂ ਵੀ ਲੈ ਆਉਣੀਆਂ ਅਤੇ ਤੁਰ ਕੇ ਅਸੀਂ ਆਵਾਂਗੇ। ਉਹ ਜਦ ਆਇਆ 40 ਦਿਨ ਲੱਗ ਗਿਆ, 40 ਦਿਨ ਹੀ ਪਹੁੰਚੇ ਗੱਡੇ, ਪਹਿਲਾਂ ਉੱਠ ਪਏ 2-3 ਦਿਨ ਜਲੇ ਤੋਂ ਪਤਾ ਸੀ ਕਾਫਲਾ ਇਸ ਦਿਨ 'ਤੇ ਤੁਰਨਾ ਹੈ। ਕਾਫਲੇ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਸਾਰਾ ਇਕੱਠਾ ਹੋਣਾ ਸੀ। ਇਹ ਜਾ ਕੇ ਜਿੱਦਾਂ ਉੱਧਰ ਨਹਿਰਾਂ ਦੇ ਹੁੰਦੇ ਆ ਜਨ, ਉਹਨਾਂ ਨੂੰ ਬੰਗਲੇ ਕਹਿੰਦੇ, ਬਹੁਤ ਥਾਂ ਬਣੇ ਹੁੰਦੇ, ਸਾਰਾ ਪਿੰਡ ਉੱਥੇ ਜਾ ਕੇ ਨਿਕਲ ਕੇ ਬਹਿ ਗਏ। ਉੱਥੇ ਵੀ ਲੜਾਈ ਹੋਈ, ਉਹ ਵੀ ਜਿਹੜਾ ਧਨੂਆਣੇ ਦਾ ਸੀ ਪੇਕਿਆਂ ਦਾ, ਉੱਥੇ ਵੀ ਗਈ ਸੀ ਨਾ ਜ਼ਿਆਦਾ ਆ ਰਿਹਾ ਤਾਂ ਮੁੰਡਾ ਕਹਿੰਦਾ ਵੀ ਤੁਸੀਂ ਫਿਕਰ ਕੋਈ ਨਾ ਕਰੋ, ਗੱਡੇ ਜੋੜ ਲਓ, ਕੋਈ ਚੀਜ਼ ਰਹਿ ਜਾਏ ਨਾ ਚੱਕ ਹੋਵੇ ਨਾ ਚੱਕ ਹੋਵੇ ਚੱਕੇ ਉਹਨਾਂ ਕੁਛ ਵੀ, ਤੁਸੀਂ ਇੰਨੀ ਲਾਲਚ ਨਹੀਂ ਕਰਨਾ, ਗੱਡਾ ਲੈ ਕੇ ਤਾਂ ਤੁਸੀਂ ਭੱਜਣ ਦੀ ਕਰੋ।
ਫਿਰ ਸਾਰਿਆਂ ਨੇ ਇੱਕ ਦੂਜੇ ਨੂੰ ਮਗਰ ਗੱਡੇ ਲਾ ਲਿਆ ਇੱਦਾਂ ਖਾਲਾ ਸੀਗਾ ਖਾਲੇ ਦੇ ਉੱਤੇ ਸੀ ਪੂਰੀ ਉੱਧਰ ਨੂੰ ਉੱਚਾ ਸੀਗਾ ਨਾਲ ਨਾਲ ਦੀ ਵੀ ਤੁਸੀਂ ਲੈ ਜਾਓ ਤੁਹਾਨੂੰ ਉਹ ਦੇਖ ਨਹੀਂ ਸਕਦੇ ਉਹ ਭਾਈ ਸਾਰੇ ਜਣੇ ਇੱਦਾਂ ਨਿਕਲ ਗਏ ਜਾਂ ਨਿਕਲ ਗਏ ਤਾਂ ਫਿਰ ਕਹਿੰਦਾ ਮੇਰਾ ਫਿਕਰ ਨਾ ਕਰਿਓ ਮੈਂ ਆ ਜਾਊਂਗਾ ਉੱਤੇ ਖੜਾ ਗੋਲੀਆਂ ਮਾਰੀ ਗਿਆ ਮੇਰੇ ਗੱਡੇ ਭਜਾ ਲਏ ਤਾਂ ਸਾਰੇ ਬਾਹਰ ਆ ਗਏ ਨਿਕਲ ਗਏ ਬਾਹਰ ਫਿਰ ਦੋ ਕੁ ਜਣੇ ਰਹਿ ਗਏ ਇੱਕ ਮਾਂ ਬਾਪ ਸੀ ਸਾਡੇ ਦਾਦੀ ਇੱਕ ਬਾਬਾ ਵਾਲਾ ਸੀ ਉਹ ਸੀ ਉਹ ਰਹਿ ਗਿਆ ਤਾਂ ਉਹਨਾਂ ਨੇ ਗੋਲੀਆਂ ਲੱਗੀਆਂ ਤਾਂ ਉਹ ਚੱਲ ਰਹਿ ਗਿਆ ਉੱਥੇ ਜਦ ਉਹ ਮੁੰਡਾ ਵੀ ਫਿਰ ਉੱਤਰ ਕੇ ਨੱਠ ਗਿਆ ਜਾਂ ਸਾਰਾ ਟ ਨਿਕਲ ਗਿਆ ਘਰ ਗੱਡੇ ਗੁੱਡੇ ਅਤੇ ਫਿਰ ਉਹਨਾਂ ਨੇ ਲਾ ਕੇ ਤਾਂ ਮਗਰ ਫਿਰ ਚੱਲ ਗਿਆ ਮਗਰ ਗਏ ਤਾਂ ਫਿਰ ਉੱਥੇ ਲੜਾਈ ਹੋਈ ਚੰਗਾ ਲੜਿਆ ਉੱਥੇ ਜਾ ਕੇ ਉਹਨਾਂ ਨੂੰ ਮਾਰੇ ਮੂਰੇ ਬਹੁਤ ਆ ਕਹਿੰਦੇ ਮਾਰੇ ਫਿਰ ਅਸੀਂ ਅਖੇ ਉਹਨਾਂ ਨੂੰ ਲੁਕੋਇਆ ਵੀ ਮਰਿਆਂ ਨੂੰ ਵੀ ਸਾਡੇ ਹੋਰ ਨੇ ਸਵੇਰ ਨੂੰ ਦੇਖ ਕੇ ਹੋਰ ਆ ਜਾਣ ਉੱਤੇ ਚੜ੍ਹੇ ਹੋਣ ਅਤੇ ਉਹ ਕਰਿਆ ਤਾਂ ਕਰਕੇ ਵਿਚਾਰੇ ਦੇ ਉਹਦੇ ਸੱਟਾਂ ਲੱਗ ਗਈਆਂ ਮਾਰਿਆ ਫਿਰ ਪਿੱਛੋਂ ਕੁਛ ਕਿਸੇ ਅਤੇ ਗੱਬੇ ਸਗਾ ਜਿੱਦਾਂ ਛੱਪੜ ਜਿਹਾ ਪਾਣੀ ਉਹਦੇ ਬੇਦੀ ਤਰ ਕੇ ਤਾਂ ਆਪਣੇ ਵਾਲੇ ਪਾਸਿਆਂ ਨੂੰ ਆ ਗਿਆ ਬਲੱਡ ਬੰਦ ਹੀ ਨਹੀਂ ਹੋਇਆ ਜਦ ਬਲੱਡ ਨਿਕਲ ਗਿਆ ਵਿਚਾਰਾ ਪੂਰਾ ਹੋ ਗਿਆ ਤੜਕ ਗਿਆ ਚਾਰ ਕੁ ਵਜੇ ਫਿਰ ਫਿਰ ਕੀ ਕਰਨਾ ਸੀ ਕਹਿੰਦੇ ਤੁਰਨਾ ਵੀ ਆ ਫਿਰ ਉਹਨੂੰ ਦਾਗ ਦੇ ਦਿੱਤਾ ਦਾਗ ਦੇ ਕੇ ਤਾਂ ਫਿਰ ਸਵੇਰਾ ਹੋਇਆ ਤਾਂ ਫਿਰ ਗੱਡੇ ਤੁਰ ਪਏ ਚਲੇਗਾ ਉਹ ਨਿਆਣੇ ਉਹਦੇ ਇੱਕ ਕੁੜੀ ਅਤੇ ਇੱਕ ਮੁੰਡਾ ਨਿੱਕੇ ਨਿੱਕੇ ਕੁਛ ਵੀ ਨਹੀਂ ਸੀਗੇ ਉਮਰ ਤਾਂ ਪਿੰਡ ਦਾ ਬਚਾਅ ਹੋ ਗਿਆ ਨਹੀਂ ਤਾਂ ਉੱਥੇ ਘੇਰ ਕੇ ਪਤਾ ਕੀ ਕੁਛ ਕਰਨਾ ਸੀ ਉਹ ਮੁੰਡਾ ਨਾ ਹੁੰਦਾ ਤਾਂ ਕੀ ਕਰਨ ਕੁਛ ਵੀ ਨਹੀਂ ਉਹ ਆਪਣੇ ਲੜਾਈ ਕਰਨ ਉੱਠੇ ਸੀ ਉੱਧਰ ਚੱਕ ਛਿੱਤਰ ਵਾਲਾ ਕਾਫਲਾ ਆਰਫ ਵਾਲੇ ਪਹੁੰਚ ਚੁੱਕਿਆ ਸੀ ਸਰਦਾਰ ਸਰੂਪ ਸਿੰਘ ਹੋਰਾਂ ਨੇ ਉੱਥੇ ਦੇ ਚੌਧਰੀ ਬਾਬੂ ਰਾਮ ਲਾਲ ਨੂੰ ਕਾਫਲੇ ਨਾਲ ਹੀ ਨਿਕਲ ਜਾਣ ਦੀ ਸਲਾਹ ਦਿੱਤੀ ਗਾਹਾਂ ਆਰਫ ਵਾਲੇ ਅਸੀਂ ਆ ਗਏ ਆਰਫ ਵਾਲੇ ਆ ਗਏ ਅਤੇ ਇੱਕ ਲਾਲਾ ਹੁੰਦਾ ਸੀ ਬਾਬੂ ਰਾਮ ਲਾਲ ਉਹ ਬਹੁਤ ਚੱਲਦੇ ਸੀ ਜੈਲਦਾਰ ਸੀਗਾ ਉੱਥੇ ਜੋ ਇਕੱਠੇ ਹੋ ਗਏ ਅਤੇ ਉਹ ਲਾਲੇ ਕੋਲ ਗਏ ਕਹਿੰਦਾ ਵੀ ਮੈਂ ਤੇ 15 ਤਰੀਕ ਦੇਖ ਕੇ ਤੇ ਫੇਰ ਸਾਡੇ ਹਿੰਦੂਆਂ ਦਾ ਪਰਿਵਾਰ ਤਾਂ ਸਾਡੇ ਨਾਲ ਤਾਂ ਇੱਕੋ ਹੀ ਬਾਬੂ ਰਾਮ ਲਾਲ ਸੀ ਜਿਹਦੇ ਉਸਨੇ 40 ਪਿੰਡ ਸੀ ਆਪਣੀ ਜ਼ਮੀਨ ਉਹਦੀ 40 ਪਿੰਡਾਂ ਸੀ ਉਹ ਬੈਠਾ ਫਿਰੋਜ਼ਪੁਰ ਪੱਤਰੇ ਵਾਲੇ ਮੁਕਤਸਰ 'ਚ ਕਈ ਅਜਿਹੇ ਸਿੱਖ ਪਰਿਵਾਰ ਵੀ ਸਨ ਜੋ ਲਹਿੰਦੇ ਪੰਜਾਬ ਫਸੇ ਹਿੰਦੂ ਪਰਿਵਾਰਾਂ ਅਤੇ ਉਹਨਾਂ ਦੀਆਂ ਔਰਤਾਂ ਨੂੰ ਆਪਣੇ ਕਾਫਲਿਆਂ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਸੁਰੱਖਿਅਤ ਚੜ੍ਹਦੇ ਪੰਜਾਬ ਲੈ ਕੇ ਆਏ ਉੱਧਰ ਲਾਹੌਰ ਦੀਆਂ ਫਿਜ਼ਾਵਾਂ ਉਦਾਸ ਸਨ ਬੀਬੀ ਪ੍ਰਕਾਸ਼ ਕੌਰ ਦੇ ਪਰਿਵਾਰ ਨੂੰ ਇਹਨਾਂ ਦੇ ਚਾਚਾ ਜੀ DAV ਕਾਲਜ ਲਾਹੌਰ ਵਿੱਚ ਲੱਗੇ ਰਿਫਿਊਜੀ ਕੈਂਪ ਵਿੱਚ ਛੱਡ ਆਏ ਸਨ ਸਾਡੇ ਚਾਚੇ ਸਾਨੂੰ ਛੱਡ ਕੇ ਆਏ ਨਾ ਕੈਂਪ ਦੇ ਵਿੱਚ ਆਪਣੇ ਮਿਲਟਰੀ ਟਰੱਕ ਦੇ ਵਿੱਚ ਉਸਨੂੰ ਛੱਡ ਆਏ ਸਨ ਸਾਰਿਆਂ ਨੂੰ ਕੈਂਪ ਦੇ ਵਿੱਚ DAV ਕਾਲਜ ਕੈਂਪ ਦੇ ਵਿੱਚ ਉਹਨਾਂ ਨੇ ਉਸੇ ਵੇਲੇ ਪਿਤਾ ਨੂੰ ਜੀਪ 'ਚ ਪਾ ਕੇ ਉਹ ਮੇਓ ਹਸਪਤਾਲ ਲੈ ਗਏ ਉੱਥੇ ਜਾ ਕੇ ਦਾਖਲ ਕਰਾ ਦਿੱਤਾ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋਏ ਇਹਨਾਂ ਦੇ ਪਿਤਾ ਜੀ ਨੂੰ ਲਾਹੌਰ ਦੇ ਲਾਰਡ ਮੇਓ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਪੰਜਾਬ ਅਤੇ ਬੰਗਾਲ ਵਿੱਚ ਕਿਸੇ ਬਿਮਾਰੀ ਵਾਂਗ ਚਾਰੇ ਪਾਸੇ ਆਜ਼ਾਦੀ ਫੈਲ ਰਹੀ ਸੀ ਪਰ ਸਰਕਾਰੀ ਦਰਬਾਰੇ ਮਾਹੌਲ ਵਿੱਚ ਗਹਿਮਾ ਗਹਿਮੀ ਸੀ 14 ਅਗਸਤ ਨੂੰ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਦੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਦੇ ਨਾਮ ਇੱਕ ਚਿੱਠੀ ਲਿਖੀ ਇਸ ਦਾ ਸਿਰਲੇਖ ਸੀ ਦਾ ਨਿਊ ਕੈਬਨਿਟ ਇਸ ਪੱਤਰ ਵਿੱਚ ਭੜਕੇ ਸਹੁੰ ਚੁੱਕਣ ਵਾਲੇ ਮੰਤਰੀਆਂ ਅਤੇ ਉਹਨਾਂ ਦੇ ਵਿਭਾਗਾਂ ਦੇ ਨਾਮ ਸਨ ਅਕਾਲੀ ਦਲ ਦੇ ਨੁਮਾਇੰਦੇ ਸਰਦਾਰ ਬਲਦੇਵ ਸਿੰਘ ਨੂੰ ਰੱਖਿਆ ਮਹਿਕਮਾ ਦਿੱਤਾ ਜਾਣਾ ਸੀ ਦਿਲਚਸਪ ਗੱਲ ਇਹ ਸੀ ਕਿ ਅਸਲ ਵਿੱਚ ਬਲਦੇਵ ਸਿੰਘ ਨੂੰ ਪੰਥਕ ਪਾਰਟੀ ਦੇ ਕੋਟੇ ਵਿੱਚੋਂ ਮੰਤਰੀ ਬਣਾਇਆ ਗਿਆ ਸੀ ਪੰਥਕ ਪਾਰਟੀ ਬਲਦੇਵ ਸਿੰਘ ਨੇ ਆਪਣੇ ਇੱਕ ਹੋਰ ਮਿੱਤਰ ਸਵਰਨ ਸਿੰਘ ਨਾਲ ਮਿਲ ਕੇ 1937 ਵਿੱਚ ਬਣਾਈ ਸੀ ਇਸ ਦਾ ਕਰਤਾ ਧਰਤਾ ਉਹ ਖੁਦ ਹੀ ਸੀ ਅਜਿਹਾ ਸ਼ਾਇਦ ਇਸ ਲਈ ਕੀਤਾ ਗਿਆ ਸੀ ਕਿ ਭਵਿੱਖ ਵਿੱਚ ਅਕਾਲੀ ਦਲ ਦਾ ਕੋਈ ਵੀ ਦਬਾਅ ਬਲਦੇਵ ਸਿੰਘ 'ਤੇ ਨਾ ਪੈ ਸਕੇ ਜਲਦੀ ਹੀ ਬਲਦੇਵ ਸਿੰਘ ਨੇ ਸਾਰੇ ਘੁੰਡ ਚੱਕ ਕੇ ਆਪਣੀ ਇਸ ਪਾਰਟੀ ਦਾ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ ਸੀ
ਸੋ ਅਸਲ ਵਿੱਚ ਸਿੱਖ ਕੌਮ ਦੀ ਰਾਜਸੀ ਜਮਾਤ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਭਾਰਤ ਦੀ ਬਣ ਰਹੀ ਪਹਿਲੀ ਕੈਬਨਿਟ ਵਿੱਚ ਸ਼ਾਮਲ ਨਹੀਂ ਸੀ। ਇਸ ਚਿੱਠੀ ਮੁਤਾਬਕ ਸ਼ਡਿਊਲ ਕਾਸਟ ਫੈਡਰੇਸ਼ਨ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਕਾਨੂੰਨ ਮੰਤਰੀ ਅਤੇ ਕੱਟੜਵਾਦੀ ਹਿੰਦੂ ਸੰਗਠਨ ਹਿੰਦੂ ਮਹਾਂਸਭਾ ਵੱਲੋਂ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਇੰਡਸਟਰੀਜ਼ ਐਂਡ ਸਪਲਾਈ ਮਹਿਕਮਾ ਦੇ ਕੇ ਕੈਬਨਿਟ ਮੰਤਰੀ ਬਣਾਇਆ ਜਾਣਾ ਸੀ। ਬਾਕੀ ਸਾਰੇ ਮੰਤਰੀ ਕਾਂਗਰਸ ਪਾਰਟੀ ਵੱਲੋਂ ਸਨ। ਮਾਊਂਟਬੈਟਨ, ਨਹਿਰੂ ਅਤੇ ਪਟੇਲ ਦੇ ਦਬਾਅ ਅੱਗੇ ਝੁਕਦਿਆਂ ਵੱਡੀ ਗਿਣਤੀ ਵਿੱਚ ਰਿਆਸਤਾਂ ਨੇ 14 ਅਗਸਤ ਨੂੰ ਭਾਰਤੀ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਜਦਕਿ 7 ਰਿਆਸਤਾਂ ਜੂਨਾਗੜ੍ਹ, ਹੈਦਰਾਬਾਦ, ਭੋਪਾਲ, ਤਰਾਵਣਕੋਰ, ਸਿੱਕਮ, ਮੈਸੂਰ ਅਤੇ ਕਸ਼ਮੀਰ ਬਾਰੇ ਅਜੇ ਰੇੜਕਾ ਬਰਕਰਾਰ ਸੀ। ਮੁਹੰਮਦ ਅਲੀ ਜਨਾਹ ਵੱਲੋਂ ਮਹਿਜ 10 ਸਾਲ ਪਹਿਲਾਂ ਵੇਖਿਆ ਆਜ਼ਾਦ ਪਾਕਿਸਤਾਨ ਦਾ ਸੁਪਨਾ ਪੂਰਾ ਹੋਣ ਵਾਲਾ ਸੀ। 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਜਸ਼ਨਾਂ ਵਿੱਚ ਭਾਗ ਲੈਣ ਲਈ ਲਾਰਡ ਮਾਊਂਟਬੈਟਨ ਅਤੇ ਉਹਨਾਂ ਦੀ ਪਤਨੀ ਐਡਵਿਨਾ ਮਾਊਂਟਬੈਟਨ ਕਰਾਚੀ ਪਹੁੰਚ ਗਏ। ਮੁਹੰਮਦ ਅਲੀ ਜਨਾਹ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਬਣੇ ਅਤੇ ਲਿਆਕਤ ਅਲੀ ਖਾਨ ਨੂੰ ਪਹਿਲਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਸਹੁੰ ਚੁੱਕਣ ਤੋਂ ਬਾਅਦ ਮੁਹੰਮਦ ਅਲੀ ਜਨਾਹ ਨੇ ਲਾਰਡ ਮਾਊਂਟਬੈਟਨ ਨਾਲ ਖੁੱਲ੍ਹੀ ਕਾਰ ਵਿੱਚ ਬੈਠ ਕੇ ਸਮਾਗਮ ਵਾਲੇ ਗਰਾਊਂਡ ਦਾ ਚੱਕਰ ਵੀ ਲਾਇਆ। 12 ਘੰਟੇ ਬਾਅਦ ਅਜਿਹੇ ਜਸ਼ਨਾਂ ਲਈ ਦਿੱਲੀ ਵੀ ਪੱਬਾਂ ਭਰ ਸੀ। ਪੰਡਿਤ ਜਵਾਹਰ ਲਾਲ ਨਹਿਰੂ ਲਈ ਉਹਨਾਂ ਦਾ ਪ੍ਰਸਿੱਧ ਭਾਸ਼ਣ ਟ੍ਰਾਈਸਟ ਵਿਦ ਡੈਸਟੀਨੀ ਲਿਖਿਆ ਜਾ ਰਿਹਾ ਸੀ। Long years ago, we made a tryst with destiny, and now the time comes when we shall redeem our pledge, not wholly or in full measure, but very substantially. At the stroke of the midnight hour, when the world sleeps, India will awake to life and freedom. 15 ਅਗਸਤ ਨੂੰ ਦਿੱਲੀ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਜੁਟੀ ਹੋਈ ਸੀ। ਪੰਡਿਤ ਨਹਿਰੂ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਗਈ। ਯੂਨੀਅਨ ਜੈਕ ਨੂੰ ਸਤਿਕਾਰ ਨਾਲ ਉਤਾਰ ਕੇ ਲੰਡਨ ਭੇਜ ਦਿੱਤਾ ਗਿਆ। ਆਸਮਾਨ ਵਿੱਚ ਬਣੀ ਸਤਰੰਗੀ ਪੀਂਘ ਨੂੰ ਜੋਤਸ਼ੀਆਂ ਨੇ ਭਾਰਤੀ ਝੰਡੇ ਦੇ ਰੰਗ ਨਾਲ ਜੋੜਦਿਆਂ ਸ਼ੁਭ ਸੰਕੇਤ ਦੱਸਿਆ। ਮੋਹਨਦਾਸ ਗਾਂਧੀ ਦੀ ਬੇਨਤੀ 'ਤੇ ਭਾਰਤ ਦਾ ਗਵਰਨਰ ਜਨਰਲ ਮਾਊਂਟਬੈਟਨ ਨੂੰ ਹੀ ਬਣਾਇਆ ਗਿਆ। ਉਹ ਇਸ ਅਹੁਦੇ 'ਤੇ ਤਕਰੀਬਨ 1 ਸਾਲ ਰਹੇ। ਪੰਡਿਤ ਨਹਿਰੂ ਦੀ ਅਥਾਹ ਖੁਸ਼ੀ ਉਸ ਦੇ ਚਿਹਰੇ 'ਤੇ ਸਾਫ਼ ਝਲਕਦੀ ਸੀ। 14-15 ਅਗਸਤ ਜਸ਼ਨਾਂ ਦੇ ਦਿਨ ਸਨ। ਜਸ਼ਨਾਂ ਵਿੱਚ ਕੋਈ ਵਿਘਨ ਨਾ ਪਵੇ ਇਸ ਲਈ ਨਵੀਂ ਸਰਹੱਦ ਬਾਰੇ ਐਲਾਨ ਅਗਲੇ ਦਿਨ ਸ਼ਾਮ ਤੱਕ ਟਾਲ ਦਿੱਤਾ ਗਿਆ। ਅਗਲੇ ਦਿਨ ਦੀਆਂ ਅਖਬਾਰਾਂ ਸ਼ਤਾਬਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਦੀ ਸਵੇਰ ਵਰਗੀਆਂ ਸੁਰਖੀਆਂ ਨਾਲ ਭਰੀਆਂ ਹੋਈਆਂ ਸਨ। ਸੋਲਾਂ ਅਗਸਤ ਦੀ ਸ਼ਾਮ ਇੱਕ ਬਹੁਤ ਮਹੱਤਵਪੂਰਨ ਬੈਠਕ ਹੋਣ ਜਾ ਰਹੀ ਸੀ। ਇਸ ਬੈਠਕ ਵਿੱਚ ਪੰਜਾਬ ਅਤੇ ਬੰਗਾਲ ਦੇ ਬਟਵਾਰੇ ਦਾ ਨਕਸ਼ਾ ਰਿਲੀਜ਼ ਕੀਤਾ ਜਾਣਾ ਸੀ। ਬਰਤਾਨੀਆ ਦੇ ਸਰਕਾਰੀ ਰਿਕਾਰਡ ਮੁਤਾਬਕ ਇਹ ਬੈਠਕ ਸ਼ਾਮ 5 ਵਜੇ ਗਵਰਨਮੈਂਟ ਹਾਊਸ ਨਵੀਂ ਦਿੱਲੀ ਵਿੱਚ ਸ਼ੁਰੂ ਹੋਈ। ਇਸ ਮੀਟਿੰਗ ਵਿੱਚ ਲਾਰਡ ਮਾਊਂਟਬੈਟਨ, ਗਵਰਨਰ ਜਨਰਲ ਭਾਰਤ, ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਭਾਰਤ, ਲਿਆਕਤ ਅਲੀ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ, ਵੱਲਭ ਭਾਈ ਪਟੇਲ ਗ੍ਰਹਿ ਮੰਤਰੀ ਭਾਰਤ, ਮਿਸਟਰ ਫਜਲੁਰ ਰਹਿਮਾਨ ਮਿਨਿਸਟਰ ਆਫ ਇੰਟੀਰੀਅਰ ਪਾਕਿਸਤਾਨ, ਸਰਦਾਰ ਬਲਦੇਵ ਸਿੰਘ ਰੱਖਿਆ ਮੰਤਰੀ ਭਾਰਤ, ਮਿਸਟਰ ਮੁਹੰਮਦ ਅਲੀ ਕੈਬਨਿਟ ਸੈਕਟਰੀ ਪਾਕਿਸਤਾਨ, ਰਾਓ ਬਹਾਦਰ ਬੀ ਪੀ ਮੈਨਨ ਸੈਕਟਰੀ ਆਫ ਸਟੇਟ ਭਾਰਤ, ਲੈਫਟੀਨੈਂਟ ਕਰਨਲ ਬੀ ਐੱਫ ਅਰਾਕਨ ਕਾਨਫਰੰਸ ਸੈਕਟਰੀ ਟੂ ਗਵਰਨਰ ਜਨਰਲ ਹਾਜ਼ਰ ਸਨ। ਇਸ ਬੈਠਕ ਵਿੱਚ ਹਿਜਰਤ ਕਰਨ ਵਾਲੇ ਲੋਕਾਂ ਬਾਰੇ ਚਿੰਤਾ ਕੀਤੀ ਗਈ। ਪੰਡਿਤ ਨਹਿਰੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਨੂੰ ਲਾਹੌਰ ਅਤੇ ਅੰਮ੍ਰਿਤਸਰ ਸਾਹਿਬ ਦਾ ਦੌਰਾ ਕਰਨ ਦੀ ਸਲਾਹ ਦਿੱਤੀ, ਜਿਸ ਨੂੰ ਉਹਨਾਂ ਮਨਜ਼ੂਰ ਕਰ ਲਿਆ। ਨੇੜਲੇ ਦਿਨਾਂ ਵਿੱਚ ਅੰਬਾਲੇ ਇੱਕ ਹੋਰ ਬੈਠਕ ਕਰਨ ਲਈ ਸਹਿਮਤੀ ਬਣੀ ਅਤੇ ਅਖੀਰ ਜਨਤਕ ਤੌਰ 'ਤੇ ਹੱਦਬੰਦੀ ਕਮਿਸ਼ਨ ਦੇ ਫੈਸਲੇ ਨੂੰ ਜਾਰੀ ਕਰ ਦਿੱਤਾ ਗਿਆ। ਪੰਜਾਬ 1 ਤੋਂ
दो बन गए सन, लहिंदा पंजाब अते चढ़दा पंजाब। पंजाब की छाती ते खिची गई इस लकीर नू रेड क्लिफ लाइन कहा गया। हौली हौली ये लकीर अज वाली कंडियाली तार विच बदल गई। इस लकीर नू खिचन वाले सर सिरल रेड क्लिफ 15 अगस्त की शाम नू ही इंग्लैंड लई रवाना हो गए अते मुड़ कदी भी भारत नहीं आए। कुछ अणअधिकार दस्तावेजों विच यह भी दावा किया गया है कि इस बंटवारे तो बाद हुई बर्बादी नाल सर रेडक्लिफ बहुत दुखी सन। उन्हें इस काम बदले मिलने वाला मेहनताना लैण तो इनकार कर दिता सी। ये रकम उस समय 3000 पाउंड सी। पछमी पंजाब की प्रोविंशियल लीग ने किसी भी प्रकार के आजादी जशन ना मनाने का फैसला किया। बटवारे की लकीर का ऐलान होने तो बाद लाहौर डिवीजन के गुजरांवाला, लाहौर, शेखूपुरा, सियालकोट, मुल्तान डिवीजन के लैलपुर, मिंटगुमरी, मुल्तान तो अलावा बहावलपुर और रावलपिंडी बड़े पद्धर के हालात बिगड़ गए। तकरीबन अद्धा पंजाब गड्डियां विच बची खुची आजादी भर के किसी अणजाण मंजिल वल निकल तुरिया सी। पूर्व पछम का यह सफर पंजाब की रीढ़ की हड्डी तोड़ गया। बेशक पंजाबियों को यह बंटवारा ना मंजूर सी, पर उन्हां दी अज सुननी किसने सी। चक छत्तर तो तुरिया काफिला आरफ वाला हैड सुलेमान हुंदा होया अगे बढ़ रहा सी। इस काफिले कोल दो असले सन, एक रिवाल्वर अते एक रफल। आरफ वाले तो फिर असी चल पे, एक रिवाल्वर मेरे भरा कोल सीगा ते एक ताए दा पुत जिहड़ा मर गया चाचे दा पुत उहदे कोल रफल सी। उस वेले साडे जिन्ना क काफिला तुरिया उसने साडे कोल दो हथियार ही सी। बाद दे विच मिलटरी कोल दी लंघदी रही, हैड सुलेमान तां नहीं आए सी, मिलटरी कोल दी लंघदी रही पर किसी ने साडे नाल साथ नहीं दिता। फिर एक मिलटरी लंघी जिसने तो उन्होंने मुरे अर्ज उर्ज की तो उन्हें एक बंदा बिचों उतारिया, वो सीगा गोरखा। इस पासे बहुत थोड़ी मात्रा में गोरखा राइफल की तैनाती सी। रस्ते विच इस काफले नूं भी एक सिपाही दिता गया सी। राह विच पशुओं दे खाण लई इस काफले नूं एक तूड़ी दा कुप भन्नना पै गया। माहौल विच तलखी तां पहला ही सी, सो इस कुप दे बहाने लड़ाई दे आसार बन गए। जिथे सदियां दी सांझ सी अज उत्थे तूड़ी दीआं चार पंडा पिछे सारी रात तलवारां नूं म्यान नसीब नहीं होए। शायद यही आजादी सी। असीं इक थैर राड़ सीगी, बहुत खुला थैर, उत्थे रात नूं गड्डे छड्डे तां पट्ठे तूड़ी तां है नहीं सी, पर कुप तूड़ी दा सी, उह पन के तूड़ी लैण दी। जिहड़े तूड़ी लैण दी तां रात नूं मुसलमान इकट्ठे हो के आ गए,
ਮਾਰ ਹੈਲੀ ਹੈਲੀ ਦੇ ਨਾਰੇ ਲਾਉਣ ਕਹਿੰਦੇ ਬਈ ਸਾਨੂੰ ਜਾਂ ਪੈਸੇ ਦਿਓ ਕੁੱਪ ਦੇ ਨਹੀਂ ਤਾਂ ਇਹ ਤੁਹਾਡੇ 'ਤੇ ਹਮਲਾ ਕਰਨਾ ਉਹਨਾਂ ਨੂੰ ਕਿਹਾ ਵੀ ਸਵੇਰ ਨੂੰ ਤੁਹਾਨੂੰ ਨਾ ਕੋਈ ਪਸ਼ੂ ਦੇ ਜਾਵਾਂਗੇ ਉਹ ਕਹਿਣ ਲੱਗੇ ਵੀ ਤੁਸੀਂ ਸਾਨੂੰ ਮੱਝਾਂ ਦੇ ਦਿਓ ਇਹ ਕਹਿਣ ਲੱਗੇ ਵੀ ਜੇ ਤਾਂ ਸਵੇਰ ਤਾਈਂ ਤੁਸੀਂ ਸਾਡੇ 'ਤੇ ਹਮਲਾ ਨਾ ਕਰੋ ਅਸੀਂ ਤੁਹਾਨੂੰ 200 ਰੁਪਈਆ ਦੇ ਕੇ ਜਾਵਾਂਗੇ ਜੇ ਤੁਸੀਂ ਹਮਲਾ ਕਰਤਾ ਫਿਰ ਅਸੀਂ ਕੀ ਦੇਣਾ ਉਹਨਾਂ ਨੂੰ ਰਾਤ ਨੂੰ ਆਲੇ ਦੁਆਲੇ ਰੌਲਾ ਪਾਉਂਦੇ ਰਹੇ ਇੱਧਰੋਂ ਸਾਡੇ ਜਕਾਰੇ ਛੱਡਦੇ ਰਹੇ ਗੱਡੇ ਆਲੇ ਦੁਆਲੇ ਕਰ ਲਏ ਬੁੜੀਆਂ ਵਿਚਾਲੇ ਗੇਟ 'ਚ ਕਰ ਲਈਆਂ ਆਪ ਬੰਦੇ ਜਿੰਨੇ ਸੀ ਬਾਹਰਲੇ ਪਾਸੇ ਪੈਰੇ ਲਾ ਦਿੱਤੇ ਤਾਂ ਰਾਤ ਲੰਘ ਗਈ ਇੱਦਾਂ ਹੀ ਇੱਥੇ ਲੜਾਈ ਟਲ ਗਈ ਸੀ ਪਰ ਬਹੁਤਾ ਸਮਾਂ ਟਾਲੀ ਨਹੀਂ ਸੀ ਜਾ ਸਕਦੀ ਅੱਗੇ ਹਵੇਲੀ ਥਾਣੇ ਕੋਲ ਦੀ ਲੰਘਣਾ ਸੀ ਰਾਤ ਪੈਣ ਵਾਲੀ ਸੀ ਇੱਥੇ ਕਾਫਲੇ ਨੂੰ ਦੋ ਹੋਰ ਫੌਜੀ ਮਿਲੇ ਜੋ ਹਵੇਲੀ ਦੇ ਇਲਾਕੇ ਵਿੱਚ ਤੈਨਾਤ ਸਨ ਰਾਤ ਨੂੰ ਅਸੀਂ ਥਾਣਾ ਲੰਘਣਾ ਸੀ ਉਹਨਾਂ ਦੀ ਸਕੀਮ ਜਿਹੜੀ ਸੀ ਉੱਥੇ ਜ਼ਖੀਰਾ ਜਿਹਾ ਆਉਂਦਾ ਸੀ ਜੰਗਲ ਵੀ ਇੱਥੇ ਆਇਆਂ ਨੂੰ ਅਸੀਂ ਕਾਫਲੇ ਨੂੰ ਵੱਢ ਖੱਟ ਕਰਾਂਗੇ ਪਰ ਵਿੱਚੋਂ ਭੇਤ ਦੇਣ ਵਾਲੇ ਵੀ ਮੁਸਲਮਾਨ ਹੀ ਹੁੰਦੇ ਆ ਉਹਨੇ ਦਿੱਤਾ ਵੀ ਇਸ ਵੇਲੇ ਤੁਸੀਂ ਪਾਰ ਜ਼ਖੀਰੇ ਚ ਰਾਤ ਨੂੰ ਅਸੀਂ ਹਵੇਲੀ ਥਾਣਾ ਆ ਬਹੁਤ ਬੜਾ ਆ ਪਾਕਿਸਤਾਨ 'ਚ ਉਹ ਥਾਣੇ ਕੋਲੋਂ ਲੱਗੇ ਲੰਘਣ ਤਾਂ ਉੱਥੇ ਇਰਾਦਾ ਹੋਇਆ ਵੀ ਇੱਥੇ ਗੱਡੇ ਛੱਡ ਦਈਏ ਸਵੇਰ ਦੇ ਜੋੜੇ ਹੋਇਆ ਉਹ ਫਿਰ ਜਿਹੜੇ ਫੌਜੀ ਸੀਗੇ ਉਹ ਕਹਿੰਦੇ ਵੀ ਇੱਥੇ ਨਾ ਛੱਡਿਓ ਵੀ ਇੱਥੇ ਥਾਣਾ ਕੋਲ ਆ ਰਾਤ ਨੂੰ ਇਹਨਾਂ ਕੋਲ ਅਸਲਾ ਇੰਨਾ ਆ ਇਹ ਆਪ ਆਇਆ ਅਸੀਂ ਤਿੰਨ ਬੰਦੇ ਕੀ ਕਰਾਂਗੇ ਉੱਦਾਂ ਹੀ ਗੱਡੇ ਕੀੜਾ ਜਿਹਾ ਆਉਂਦਾ ਜ਼ਖੀਰੇ ਤੋਂ ਅਸੀਂ ਗਾਂਹ ਨਿਕਲ ਚੱਲੇ ਜਦੋਂ ਉਹਨੂੰ ਮਗਰੋਂ ਫਿਰ ਉਹਨੇ ਹੱਲਾ ਬੋਲ ਦਿੱਤਾ ਦੁਪਹਿਰੇ ਦਿਨ ਦੇ ਹੱਲਾ ਬੋਲਿਆ ਹੱਲੇ ਦੇ ਵਿੱਚ ਸਾਡੇ ਗੱਡੇ ਤਾਂ ਗਾਂਹ ਗਏ ਹੋਏ ਸੀਗੇ ਦੋ ਗੱਡੇ ਪਿੱਛੇ ਰਹਿ ਗਏ ਉਹਨਾਂ ਗੱਡਿਆਂ ਦੀ ਉਹਨੇ ਬੋਲਦ ਛੱਡ ਲਿਆ ਮੁਹਰੇ ਹਮਲਾ ਹੋਇਆ ਇਹ ਮੇਰਾ ਭਰਾ ਬੜਾ ਬੱਗਾ ਸਿੰਘ ਅਤੇ ਤਾਰਾ ਸਿੰਘ ਇਹ ਘੋੜਿਆਂ 'ਤੇ ਸੀਗੇ ਇਹ ਮੁਹਰੇ ਨੱਠੇ ਉਹਨੀ ਮਗਰੋਂ ਤਿੰਨ ਗੱਡੇ ਲੁੱਟ ਲਏ ਸਰਦਾਰ ਸਰਵਣ ਸਿੰਘ ਦੱਸਦੇ ਹਨ ਕਿ ਇਸ ਹਮਲੇ ਦੌਰਾਨ ਹੀ ਇਹਨਾਂ ਦੇ ਪਿੰਡ ਪੰਡੋਰੀ ਦੀ ਇੱਕ ਬੀਬੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਇਹ ਬੀਬੀ ਭੱਜ ਕੇ ਨੇੜਲੇ ਚਰੀ ਦੇ ਖੇਤ ਵਿੱਚ ਵੜ ਗਈ ਸੀ ਉਸਨੇ ਦੋਨਾਂ ਪਾਸਿਆਂ ਤੋਂ ਅਟੈਕ ਹੋ ਗਿਆ ਮੁਸਲਮਾਨਾਂ ਦਾ ਇੱਕ ਜਨਾਨੀ ਚਰੀ 'ਚ ਵੜੀ ਜਿਹੜੀ ਕਿ ਮੇਰੇ ਗੱਡੇ 'ਤੇ ਬੈਠੀ ਸੀ ਸਾਡੇ ਪਿੰਡ ਦੇ ਪੰਡੋਰੀ ਦੇ ਸੀ ਮਹਿੰਗਾ ਰਾਮ ਦੇ ਘਰ ਵਾਲੀ ਉਹਨੇ ਚਰੀ ਜੀ ਕੁੜੀ ਜੰਮੀ ਤਾਂ ਚਰੀ ਜੀ ਸਿੱਟਿਆਈ ਕੁਛ ਨਹੀਂ ਕਿਸੇ ਨੇ ਕੀਤਾ ਕਿੰਨਾ ਚਿਰ ਚਰੀ 'ਚ ਪਈ ਰਹੀ ਜਦ ਨੂੰ ਫਿਰ ਉਹ ਮੁਸਲਮਾਨ ਦੌੜ ਗਏ ਅਤੇ ਉਹ ਚਰੀ 'ਚੋਂ ਚੁਕਵਾਈ ਸਾਡੇ ਪਿੰਡ ਦੀ ਹੋਰ ਵਹੁਟੀ ਨੇ ਅਤੇ ਉਹ ਦੇਖ ਲਓ ਹੈਗੀ ਆ ਪੰਡੋਰੀ ਆ ਗਈ ਜੀਂਦੀ ਹੁਣ ਜਲ ਪਈ ਵਿਆਜੀ ਆ ਤੇਜੋ ਉਹਦਾ ਨਾਂ ਆ ਤੇਜੋ ਨਾਮ ਦੀ ਇਹ ਬੱਚੀ ਜੋ ਅੱਜ ਤਕਰੀਬਨ 70 ਸਾਲ ਦੀ ਬਜ਼ੁਰਗ ਬੀਬੀ ਹੈ ਜ਼ਿਲ੍ਹਾ ਜਲੰਧਰ ਦੇ ਪਿੰਡ ਜਲਭੇ ਵਿਖੇ ਰਹਿੰਦੀ ਹੈ ਕਾਫਲਿਆਂ ਨੂੰ ਬਹੁਤ ਸਾਰੀਆਂ ਅਣਕਿਆਸੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਨਾ ਮੇਰੀ ਰਾਜ ਸੂਬੇ ਇਹ ਦੋਨੋਂ ਭਰਾ ਐਡੀ ਪਰਵਾਹ ਨਹੀਂ ਸੀ ਕਰਦੇ ਉਹ ਸੂਬੇ ਪਹਿਲਾਂ ਤਾਂ ਉਹ ਕਾਫਲਾ ਤੁਰਿਆ ਸੀ ਮੈਂ ਮਗਰ ਗੱਡੇ ਦੇ ਉੱਤਰ ਕੇ ਉਹ ਬਛੜੂ ਬਾਹਰ ਨੂੰ ਆਵੇ ਮੈਂ ਧਰ ਕੇ ਫਿਰ ਜਿੱਥੇ ਛੱਡਿਆ ਉੱਥੇ ਸੂਈ ਉਹ ਫਿਰ ਮੈਂ ਉਹਦਾ ਬੱਛਾ ਚੱਕ ਕੇ ਗੱਡੇ 'ਤੇ ਰੱਖਣ ਲੱਗਾ ਗੱਡੇ 'ਤੇ ਰੱਖਿਆ ਜਦ ਨੂੰ ਕਾਫਲਾ ਤੁਰ ਪਿਆ ਮੈਂ ਵੀ ਛੇਤੀਆਂ ਕੁਦਰਤ ਉਹ ਬੱਛਾ ਉੱਤੋਂ ਡਿੱਗ ਕੇ ਉਹਦੀਆਂ ਲੱਤਾਂ ਚਾਰੇ ਟੁੱਟ ਗਈਆਂ ਫਿਰ ਮੈਂ ਉਹਨੂੰ ਰੱਖ ਕੇ ਲਿਆ ਥੋੜ੍ਹਾ ਚਿਰ ਜਿੰਦਾ ਰਿਹਾ ਗਾਂ ਨੇ ਦੁੱਧ ਨਹੀਂ ਦਿੱਤਾ ਇਹਨਾਂ ਕਾਫਲਿਆਂ ਸਾਹਮਣੇ ਇੱਕ ਸਮੱਸਿਆ ਤਾਂ ਆਪਣੇ ਖਾਣ ਪੀਣ ਦੀ ਸੀ ਪਰ ਉਸ ਤੋਂ ਵੀ ਵੱਡੀ ਮੁਸ਼ਕਲ ਕਾਫਲਿਆਂ ਨਾਲ ਚੱਲ ਰਹੇ ਜਾਨਵਰਾਂ ਬਲਦਾਂ ਮੱਝਾਂ ਘੋੜਿਆਂ ਊਠਾਂ ਆਦਿ ਲਈ ਖਾਣ ਪੀਣ ਦੇ ਪ੍ਰਬੰਧ ਦੀ ਸੀ ਝੋਨੇ ਦੀ ਰੁੱਤ ਹੋਣ ਕਰਕੇ ਇਨਸਾਨ ਅਤੇ ਜਾਨਵਰ ਸਾਂਝੇ ਤੌਰ 'ਤੇ ਖੇਤਾਂ ਵਿਚਲਾ ਪਾਣੀ ਪੀ ਰਹੇ ਸਨ ਇੱਦਾਂ ਹੀ ਪੱਠੇ ਵੜਦੇ ਸੀ ਜਿੱਦਾਂ ਆਲੇ ਦੁਆਲੇ ਚਾਹੇ ਮੁਸਲਮਾਨਾਂ ਦੇ ਚਾਹੇ ਜੱਟਾਂ ਦੇ ਪਿੰਡ ਤੋਂ ਜੁੜੇ ਹੋਏ ਸੀ ਵੀ ਡੇਰਾ ਤਕਰੀਬਨ ਅਸੀਂ ਇੱਦਾਂ ਲਾਉਂਦੇ ਸੀ ਵੀ ਜਿੱਥੋਂ ਕਿ ਸਿੱਖ ਜ਼ਿਆਦਾ ਜੁੜੇ ਆ ਉੱਥੇ ਫਿਰ ਪੱਠਾ ਜੱਥਾ ਹੁੰਦਾ ਸੀ ਪੱਠੇ ਵੜ ਲੈਣੇ ਪਸ਼ੂਆਂ ਨੂੰ ਪਾ ਲੈਣੇ ਆਪ ਰੋਟੀ ਬਣਾ ਲੈਣੀ ਕਿਸੇ ਦਿਨ ਬਣਾ ਲਈ ਕਿਸੇ ਦਿਨ ਬਣੀ ਨਾ ਉੱਦਾਂ ਹੀ ਭੁੱਖੇ ਚੱਲਦੇ ਰਹੇ ਇੱਥੋਂ ਦੇਖਣੇ ਆਲੇ ਦੁਆਲੇ ਉਹ ਪਿੱਛੇ ਪਿੱਛੇ ਤਾਂ ਅਸੀਂ ਦਿਨ ਨੂੰ ਜਿੱਥੋਂ ਮਰਜ਼ੀ ਪੱਠੇ ਵੜ ਲਈਦੇ ਗਾਂ ਫਿਰ ਲੋਕ ਪੈਰਾ ਦੇਣ ਲੱਗ ਪਏ ਵੀ ਦਿਨ ਨੂੰ ਵੱਢਣ ਨਹੀਂ ਸੀ ਦਿੰਦੇ ਫਿਰ ਰਾਤ ਨੂੰ ਵੱਢ ਲੈਣੇ ਤੁਰਿਆ ਆਉਂਦੇ ਨੇ ਗੱਡੇ 'ਤੇ ਵੱਢ ਕੇ ਸਿੱਟ ਲੈਣੇ ਸਾਡਾ ਰੋਟੀ ਪਾਣੀ ਆਟਾ ਊਟਾ ਕੋਲ ਹੈਗਾ ਸੀ ਰੋਟੀ ਬਣਾ ਲੈਣੀ ਖਾ ਲੈਣੀ ਇੱਕ ਦਿਨ ਮਤਲਬ ਸਾਡੇ ਗੱਡੇ 'ਤੇ ਸਾਡੀ ਭੂਆ ਦੀ ਨੂੰਹ ਆਣ ਬੈਠੀ
ਤੁਹਾਨੂੰ ਇੱਕ ਰੋਟੀ ਕਿਸੇ ਨੇ ਦਿੱਤੀ, ਇੱਕ ਰੋਟੀ, ਇੱਕ ਰੋਟੀ ਦਿੱਤੀ ਤਾਂ ਇਹ ਡਾ ਕੇ ਉਹ ਸਾਰਿਆਂ ਨੂੰ ਇੱਕ ਇੱਕ ਬੁਰਕੀ ਦਿੱਤੀ ਵੀ ਨਾਲ ਪਾਣੀ ਪੀ ਲੈਣ। ਉਹ ਭਰਜਾਈ ਦੇ ਹੱਥ 'ਤੇ ਜਿਹੜੇ ਇੱਕ ਬੁਰਕੀ ਰੱਖੀ ਤਾਂ ਉਹਨੇ ਹੱਥ ਘੁੱਟ ਲਿਆ, ਕਹਿੰਦੀ ਤੁਮਸਿਆਂ ਇੱਕ ਬੁਰਕੀ। ਕਹਿੰਦਾ ਭਾਬੀ ਕਰਾਂ ਕਿ ਇਸੇ ਇੱਕ ਬੁਰਕੀ ਆਉਂਦੀ ਆ, ਇੱਕ ਇੱਕ ਬੁਰਕੀ ਪੀ ਕੇ ਖਾ ਕੇ ਪਾਣੀ ਪੀ ਲਿਆ। ਬੜੀ ਹੋ ਗਈ ਪਾਣੀ ਦਾ ਖਾਲੇ ਖੂਲੇ 'ਚ ਮਾੜਾ ਮੋਟਾ, ਲੋਕਾਂ ਨੇ ਉਹ ਪੀਤਾ ਪੂਤਾ ਪੀ ਕੇ ਦਾ ਟਾਈਮ ਪਾਸ ਕੀਤਾ। ਮੌਸਮ ਅਤੇ ਮਾਹੌਲ ਬਹੁਤ ਜ਼ਿਆਦਾ ਗਰਮ ਸੀ, ਮਨੁੱਖਾਂ ਪਸ਼ੂਆਂ ਪੰਛੀਆਂ ਦੀਆਂ ਲਾਸ਼ਾਂ ਚੁਫੇਰੇ ਰੁਲਦੀਆਂ ਸਨ। ਕਈ ਰਿਫਿਊਜੀ ਕੈਂਪਾਂ ਅਤੇ ਕਾਫਲਿਆਂ ਵਿੱਚ ਲਾਗ ਦੀ ਬਿਮਾਰੀ ਫੈਲ ਚੁੱਕੀ ਸੀ। ਦੋਵੇਂ ਪਾਸਿਆਂ ਦੇ ਕਾਫਲਿਆਂ ਦੇ ਆਉਣ ਜਾਣ ਲਈ ਦੋ ਰਾਹ ਬਣੇ ਹੋਏ ਸਨ। ਇੱਕ ਵਾਰ ਰਾਹ ਵਿੱਚ ਉਦੋਂ ਲੜਾਈ ਹੋ ਗਈ ਜਦੋਂ ਚੱਕ ਛੇਤਰ ਵਾਲੇ ਕਾਫਲੇ ਵਿੱਚੋਂ ਇੱਕ ਗਾਂ ਭੱਜ ਕੇ ਪਾਕਿਸਤਾਨ ਨੂੰ ਜਾ ਰਹੇ ਮੁਸਲਮਾਨਾਂ ਦੇ ਕਾਫਲੇ ਨਾਲ ਜਾ ਰਲੀ। ਉਧਰੋਂ ਮੁਸਲਮਾਨਾਂ ਦਾ ਕਾਫਲਾ ਆਉਂਦਾ ਸੀਗਾ, ਅਸੀਂ ਪੱਕੀ ਜਾਂਦੇ ਸੀ, ਉਹ ਕੱਚੀ ਆਉਂਦੇ ਸੀਗੇ। ਉਹਨਾਂ ਦੇ ਵੀ ਪਸ਼ੂ ਆਉਂਦੇ ਸੀ, ਸਾਡੇ ਵੀ ਕਾਫਲੇ ਦੇ ਪਸ਼ੂ ਜਾਂਦੇ ਸੀਗੇ। ਇਹ ਸਾਡਿਆਂ ਦੇ ਨਰਿੰਦਰ ਸੋ ਤਲਵਾੜੇ ਸਾਡੇ ਸਕੇ ਹੀ ਸੀਗੇ, ਉਹ ਉਹਨਾਂ ਦੀ ਬੈੜ ਨੱਠ ਕੇ ਉਹਦੇ ਕਾਫਲੇ 'ਚ ਉਹਦੇ ਪਸ਼ੂਆਂ 'ਚ ਵੜ ਗਈ। ਉਹ ਮਿਲਟਰੀ ਵਾਲਾ ਕਹਿੰਦਾ ਇਹਨੂੰ ਮੋੜ ਦੇ, ਹੈਂ, ਉਹ ਕਹਿੰਦਾ ਮਾਮਾ ਨਹੀਂ ਮੋੜਨੀ ਆਖੇ। ਉਹ ਵੀ ਮੁਸਲਮਾਨ ਔਰਾ ਬੋਲਿਆ ਨਾ, ਆਖੇ ਮਾਮਾ ਮੋੜਨੀ ਨਹੀਂ ਆਖੇ। ਹੁਣ ਮਾਰਿਆ ਰੌਣ ਚੱਲ ਮੁਸਲਮਾਨ ਬੱਲੇ ਕੀਤਾ ਜੀ, ਉਹ ਪਿਆ ਤੜਫੀ ਜਾਏ ਤੜਫੀ ਜਾਏ ਜਦੋਂ ਤੇ ਇਹਨੂੰ ਜਾ ਕੇ ਉਹ ਜਿਹੜੀ ਸੀ ਇਹਨਾਂ ਰਫਲ ਸੀ ਉਹਦੇ ਕੋਲ ਇਹ ਨਾਲੀਏ ਲੋ ਫੜ ਕੇ ਉਹਦੇ ਬੱਟ ਸਿਰ 'ਚ ਮਾਰੀ, ਉਹ ਰਫਲ ਦੀ ਬੱਟ ਟੁੱਟ ਗਈ। ਉਹਦੇ ਉਹਨੂੰ ਗੁੱਸਾ ਆਇਆ, ਉਹਦੇ ਕੋਲ ਜਿਹੜੀ ਗੰਨ ਸੀਗੀ ਨਾ ਉਹਨੂੰ ਗੋਲੀ ਨਹੀਂ ਵੀ ਜਦ ਗੋਲੀ ਮਾਰ ਹੋਰ ਗੋਲੀ ਨਹੀਂ ਮਾਰੀ, ਬੱਟ ਮਾਰਿਆ ਉਹਦੇ ਮੂੰਹ 'ਤੇ ਜ਼ੋਰ ਨਾਲ, ਉਹਦੀ ਰਫਲ ਦਾ ਬੱਟ ਟੁੱਟ ਗਿਆ। ਫਿਰ ਉਹ ਉੱਧਰ ਗਿਆ, ਕਹਿੰਦਾ ਹੁਣ ਤਾਂ ਮੇਰੇ ਕੋਲ ਕੁਛ ਬਣਾ ਰਹਿ ਗਿਆ, ਹੁਣ ਤਾਂ ਤੁਹਾਡੇ ਵਰਗਾ ਹੀ ਹਾਂ। ਫਿਰ ਉਹ ਕਹਿੰਦਾ ਕੋਈ ਗੰਨ ਹੈਗੀ ਤਾਂ ਮੈਨੂੰ ਦਿਓ। ਗੰਨ ਫੇਂਕ ਕੇ ਇੱਕ ਗੋਲੀ ਵਾਲੀ ਸਾਡੇ ਕੋਲ ਸੀਗੀ ਉਹ ਦਿੱਤੀ, ਕਹਿੰਦਾ ਇਹ ਤਾਂ ਕੁਛ ਵੀ ਨਹੀਂ ਗੀ। ਫਿਰ ਉਹ ਜਿਹੜੀ ਸਪਾਈ ਵਾਲੀ ਫੌਜੀ ਸੀ ਨਾ, ਫਿਰ ਉਹਨੂੰ ਉਹ ਦਿੱਤੀ। ਉਹ ਕਹਿੰਦਾ ਜਾਂਦਾ ਹੋਇਆ ਮੈਂ ਤੁਹਾਡੀ ਗੰਨ ਤੁਹਾਨੂੰ ਦੇ ਜਾਊਂਗਾ, ਆਪਣੀ ਟੁੱਟ ਕੇ ਲੈ ਜਾਊਂਗਾ। ਜਾਂਦਾ ਹੋਇਆ ਫਿਰ ਆਪਣੀ ਵੀ ਲੈ ਗਿਆ ਅਤੇ ਉਹ ਵੀ ਲੈ ਗਿਆ। ਹਵੇਲੀ ਥਾਣੇ ਤੋਂ ਅਗਾਂਹ ਇਸ ਕਾਫਲੇ ਦੀ ਝੜਪ ਇੱਕ ਪੁਲਿਸ ਮੁਲਾਜ਼ਮ ਨਾਲ ਵੀ ਹੋ ਚੁੱਕੀ ਸੀ ਜੋ ਇਸ ਕਾਫਲੇ ਹੱਥੋਂ ਮਾਰਿਆ ਗਿਆ ਸੀ। ਇਹ ਉਸ ਪੁਲਿਸ ਵਾਲੇ ਕੋਲੋਂ ਖੋਹੀ ਗਈ ਰਾਈਫਲ ਸੀ ਜੋ ਗੋਰਖੇ ਫੌਜੀ ਦੀ ਰਾਈਫਲ ਨਕਾਰਾ ਹੋਣ ਤੋਂ ਬਾਅਦ ਉਸਨੂੰ ਦਿੱਤੀ ਗਈ ਸੀ। ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆਉਣ ਲਈ ਚਾਰ ਮੁੱਖ ਰਾਹ ਸਨ, ਨਰੋਵਾਲ ਤੋਂ ਡੇਰਾ ਬਾਬਾ ਨਾਨਕ, ਲਾਹੌਰ ਤੋਂ ਅੰਮ੍ਰਿਤਸਰ ਸਾਹਿਬ, ਕਸੂਰ ਤੋਂ ਫਿਰੋਜ਼ਪੁਰ ਅਤੇ ਮਿੰਟਗੁਮਰੀ ਤੋਂ ਫਾਜ਼ਿਲਕਾ। ਮੁਸ਼ਕਲਾਂ ਨਾਲ ਦੋ ਦੋ ਹੱਥ ਕਰਦਾ ਇਹ ਕਾਫਲਾ ਅਖੀਰ ਫਾਜ਼ਿਲਕਾ ਦੀ ਹੱਦ ਪਾਰ ਕਰਕੇ ਚੜ੍ਹਦੇ ਪੰਜਾਬ ਦਾਖਲ ਹੋ ਗਿਆ ਸੀ। ਕਾਫਲੇ ਦੀਆਂ ਔਰਤਾਂ ਨੂੰ ਰੇਲ ਗੱਡੀ ਰਾਹੀਂ ਪੰਜਾਬ ਦੇ ਜੱਦੀ ਪਿੰਡਾਂ ਵੱਲ ਰਵਾਨਾ ਕਰ ਦਿੱਤਾ ਗਿਆ। ਫਿਰ ਅਸੀਂ ਫਾਜ਼ਿਲਕਾ ਬੰਗਲਾ ਟੱਪਿਆ, ਟੱਪ ਕੇ ਤਾਂ ਫਿਰ ਉੱਥੋਂ ਗਾਂਹ ਗੱਡੀ ਚੱਲਦੀ ਸੀਗੀ ਪੰਜਾਬ ਨੂੰ, ਅਤੇ ਉੱਥੋਂ ਫਿਰ ਜਿਹੜੀਆਂ ਬੁੱਢੀਆਂ ਸੀ ਉਹ ਤਾਂ ਚੜ੍ਹਾ ਦਿੱਤੀਆਂ ਗੱਡੀ, ਆਪ ਅਸੀਂ ਗੱਡੇ ਲੈ ਕੇ ਹੌਲੀ ਹੌਲੀ ਤੁਰੇ ਰਹੇ। ਮੁਕਤਸਰ ਆਣ ਕੇ ਫਿਰ ਅਸੀਂ ਸਾਨੂੰ ਅੱਠ ਦਸ ਦਿਨ ਰਹਿਣਾ ਪਿਆ। ਰਹਿਣਾ ਇੱਦਾਂ ਪਿਆ ਵੀ ਮੂਹਰਿਓਂ ਕਾਫਲਾ ਆਉਂਦਾ ਸੀ ਮੁਸਲਮਾਨਾਂ ਦਾ, ਉਹ ਕਹਿੰਦੇ ਵੀ ਮੁਸਲਮਾਨਾਂ ਦਾ ਕਾਫਲਾ ਲੰਘਾ ਕੇ ਫਿਰ ਤੁਹਾਨੂੰ ਤੁਰਨ ਦੇਣਾ। ਅਸੀਂ ਉੱਦਣ ਮਹੀਨੇ 15 ਦਿਨੀ ਨਹਾਤੇ ਸੀ, ਨਹਾ ਕੇ ਪਰੇ ਜਾ ਕੇ ਦਰਖਤਾਂ ਥੱਲੇ ਸੌ ਗਏ। ਸਾਨੂੰ ਤਾਂ ਪਤਾ ਨਹੀਂ ਕਾਫਲਾ ਕਦੋਂ ਆਇਆ, ਜਦੋਂ ਅਸੀਂ ਉੱਠ ਕੇ ਆਏ ਤਾਂ ਲੋਕ ਕਰਲਾਟ ਪੁੱਲਾਂ ਦੀਆਂ ਲਾਸ਼ਾਂ ਚੱਕ ਚੱਕ ਕੇ ਪਰੇ ਜਿੱਦਾਂ ਢੇਰ ਸੀਗੇ ਪੱਠਿਆਂ ਦੇ ਟੋਵੇ ਉਹਨਾਂ 'ਚ ਲਿਜਾਲ ਜਾ ਸਿੱਟ ਕੇ ਜਿਹੜਾ ਕੁਛ ਸਹਿਕਦਾ ਉਹ ਵੀ ਉੱਤੇ ਮਿੱਟੀਆਂ ਪਾ ਪਾ ਅਤੇ ਛੜਕ ਕਰ ਦਿੱਤੀ ਪੱਧਰੀ, ਜਿਹੜੇ ਥੋੜ੍ਹੇ ਬਹੁਤ ਜੀਂਦੇ ਉਹਨਾਂ ਦਾ ਪਿੱਛੇ ਲਿਜਾ ਕੈਂਪ ਲਾ ਦਿੱਤਾ। ਮੁਕਤਸਰ ਸਾਹਿਬ ਦੋ ਕਾਫਲਿਆਂ ਵਿੱਚ ਤਕੜੀ ਲੜਾਈ ਹੋਈ ਸੀ। ਇਸ ਲੜਾਈ ਵਿੱਚ ਦੋਨਾਂ ਫਿਰਕਿਆਂ ਦੇ ਲੋਕ
मारे गए सन। मुरदियां दे नाल नाल जो थोड़े बहुत सहकते सन उन्हां नूं भी टोयां विच दब दिता गया सी। शायद यही आजादी सी, मारन की आजादी, लुट्टण की आजादी, बलात्कार करन की आजादी। इन्हीं दिनी आजादी अपने पूरे यौवन ते सी। कुछ इस तरह के हालात ही पठानकोट इलाके दे सन। काफलियां विचले लोग बड़ी मुश्किल नाल अपनी जिंदगी का बोझ लैके चल रहे सन। लाशां का बोझ ढोना उन्हां दे बस नहीं सी रहा। सब कुछ देखे साढ़े पठानकोट की सड़क लंघ दी, साढ़ी अद्धी मील पाली लगी हुई। मैं देखिया टोए होंगे जी, हर टोए भर गए। बंदा मर जाना, न्याणा उन्हों का तुरा जाता उत्थे छड़ जाना, बुढ़ा मर जाना उत्थे, को अद्धा जी जाए उत्थे डिग पैना, सड़क लांभे कर देना। मुक्तसर साहब तकरीबन एक हफ्ता रुकण तो बाद चक छेत्र तो तुरया ये काफिला अखीर कोटकपुरा, बाघा पुराणा, मोगा, फलौर हुंदा होया जिला जलंधर के पिंड कड्याणे पहुँच गया। इस परिवार के कुछ मैंबर जिला लैलपुर के पिंड धनुआणा तो एक ट्रक राही पहला ही आ चुके सन, पर परिवार का मुख टिकाणा चक 37 जिला मिंटगुमरी सी। माता हरभजन कौर नूं कड्याणे आया अजे 7-8 दिन ही गुजरे सन कि चक 37 विच बसदे रसदे भरे पुरने इस परिवार के 22 मैंबरां दी मौत दी कलैणी खबर कन्नी आ पई। इत्थे पहुंचे असीं आदमपुर, उसने जिहड़ी 37 दी खबर सुनी आ, उसने जिहड़ा समां ते चाचे दा पुत सी इह घोड़े तों डिग पिया सी, इह रिहा महीना हस्पताल आदमपुर। इन्ना हादसा हो जाना, 22-23 जी मर जाने। इन्हां जीआं विच हरभजन कौर दे पति सुरैण सिंह तों इलावा सस, सहुरा ते 3 ननदां शामिल सन। सुरैण सिंह दे ताए दे परिवार दे 6 जी अते चाचे दे परिवार दे 10 जीआं समेत कुल 22 मैंबर आजादी नूं प्यारे हो गए सन। इधर आए तो सानूं 8 दिन आया नूं होए, इत्थे सानूं फिर पता लगा 37 आए। साढ़े परिवार के 22 बंदे, बंदे बुढ़िया सारे पा के 22 बंदे। मेरा बधी सी कि लंबे छंबे होगा चलेगा। और चार ननदा सड़ा टाणम कौर, बुढ़ी ननंद, छोटी सरूप कौर, उदू छोटी ज्ञान कौर, उदू छोटी गुरदीप कौर, चारे पति सी पांच। डैडी मम्मी सारा सी परिवार, बाकी दूजे भरा जेड़े सके उन्होंने बाबे इन्होंने उन्होंने भी इन्ना ही सके। इन्हों का तो फिर उत्थे गड्डे गुड्डे छतीरियां छतूरियां पईयां, कोल्डियां खाल्डियां पा के इन्हों का दोहों का संस्कार करता।